ਜੇ ਆਪਣੀ ਕੋਈ ਤਕਲੀਫ ਦੱਸਣੀ ਹੁੰਦੀ ਹੈ ਤਾਂ ਕੋਈ ਦੱਸਦਾ ਕੋਈ ਮੇਰੇ ਸਿਰ ਚ ਪੀਲਾ ਕੋਈ ਕਹਿੰਦਾ ਮੇਰੀ ਪੁੱਠੀ ਦੁਖਦੀ ਹੈ ਕੋਈ ਕਹਿੰਦਾ ਮੇਰੇ ਗੋਡਿਆਂ ਚ ਦਰਦਾ ਪਰ ਮਾਨਸਿਕ ਤੌਰ ਤੋਂ ਬਿਮਾਰ ਨਹੀਂ ਹੈ ਪਰੇਸ਼ਾਨ ਨੇ ਘੱਟ ਲੋਕ ਜ਼ਾਹਰ ਕਰਦੇ ਨੇ ਜੇ ਇਹ ਕਹੂੰਗਾ ਕਿ ਮੈਨੂੰ ਮਾਨਸਿਕ ਬਿਮਾਰੀ ਹੈ ਤਾਂ ਲੋਕ ਹੀ ਸਮਝਣਗੇ ਵੀ ਮੈਂ ਇੱਕ ਮਾਨਸਿਕ ਤੌਰ ਤੇ ਕਮਜ਼ੋਰ ਇਨਸਾਨ ਹਾਂ ਹੂੰ ਬਿਲਕੁਲ ਇਸ ਚੀਜ਼ ਤੋਂ ਡਰ ਕੇ ਉਹ ਆਪਣੀ ਗੱਲ ਨਹੀਂ ਦੱਸਦੇ ਜਿਹੜਾ ਟ੍ਰੀਟਮੈਂਟ ਹੁੰਦਾ ਉਹ ਕੁਝ ਬਹੁਤ ਪਾਰਟਿਕੂਲਰ ਟ੍ਰੀਟਮੈਂਟ ਨਹੀਂ ਹੈ ਤਾਂ ਲੋਕਾਂ ਨੂੰ ਲੱਗਦਾ ਹੈ ਕਿ ਜਦੋਂ ਤੁਹਾਡਾ ਡਾਕਟਰ ਸਿਰਫ ਤੁਹਾਡੇ ਨਾਲ ਗੱਲਾਂ ਕਰਕੇ ਹੀ ਤੁਹਾਡਾ ਟ੍ਰੀਟਮੈਂਟ ਜਾਂ ਤੁਹਾਡੀ ਗੱਲਾਂ ਸੁਣ ਕੇ ਹੀ ਟ੍ਰੀਟਮੈਂਟ ਕਰ ਰਿਹਾ ਹੈ ਤੇ ਇਹ ਕੋਈ ਪੁਖਤਾ ਇਲਾਜ ਨਹੀਂ ਹੋਇਆ ਆਪਣੇ ਵੱਲੋਂ ਹੀ ਦਵਾਈਆਂ ਕਿਤੋਂ ਲੈ ਕੇ ਕੋਈ ਨੀਂਦ ਦੀ ਗੋਲੀ ਕਿਤੋਂ ਲੈ ਕੇ ਖਾਈ ਜਾਂਦੇ ਨੇ ਜਿਹਦੀ ਹੈਬਿਟ ਹੋ ਗਈ ਤੇ ਡਾਕਟਰੀ ਸਲਾਹ ਦੇ ਅੰਦਰ ਇੱਕ ਸਾਈਕਾਇਟ੍ਰੀ ਦੇ ਸਲਾਹ ਦੇ ਅੰਦਰ ਦਿੱਤੀ ਦਵਾਈ ਨਾਲ ਤੁਹਾਨੂੰ ਵੀ ਹੈਬਿਟ ਪੰਡਰ ਹੋਣੀ ਤੇ ਕਾਉਂਸਲਿੰਗ ਲੋਕਾਂ ਨਾਲ ਤਾਂ ਕਾਉਂਸਲਿੰਗ ਸਿਰ ਗੱਲਬਾਤ ਨਹੀਂ ਹੈ ਕਾਉਂਸਲਿੰਗ ਸਾਡੀ ਦੁਨੀਆ ਨੂੰ ਦੇਖਣ ਦੀ ਸੋਚ ਨੂੰ ਬਦਲਣ ਦਾ ਇੱਕ ਤਰੀਕਾ ਹੈ ਜਿਸ ਨੂੰ ਅਸੀਂ ਕਹਿੰਦੇ ਨੇ ਸੀਬੀਟੀ ਕಾಗ್ਨੀਟਿਵ ਬਿਹੇਵੀਅਰ ਥੈਰੇਪੀ ਸੋਚਿਆ ਜਾਂਦਾ ਹੈ ਕਿ ਜਿਹੜਾ ਡਿਪਰੈਸ਼ਨ ਹੈ ਨਾ ਇਹ ਮਤਲਬ ਵੇਲਿਆਂ ਦੀ ਜਾਂ ਅਮੀਰਾਂ ਦੀ ਬਿਮਾਰੀ ਨਹੀਂ ਅਸੀਂ ਤਾਂ ਸਾਰਾ ਟਾਈਮ ਕੰਮ ਕਰਦੇ ਹਾਂ ਸਾਨੂੰ ਤਾਂ ਬੈੱਡ ਤੇ ਪੈਂਦੇ ਹੀ ਨਹੀਂ ਜਾਂ ਜਾਂਦੇ ਸਾਨੂੰ ਤਾਂ ਪਤਾ ਹੀ ਨਹੀਂ ਡਿਪਰੈਸ਼ਨ ਹੁੰਦਾ ਕੀ ਹੈ ਆ ਤੁਹਾਡੀ ਆਪ ਦੀ ਕ੍ਰੀਏਟ ਕੀਤੀ ਬਿਮਾਰੀ ਹੈ ਮੈਂ ਅਕਸਰ ਸਭ ਤੋਂ ਪਹਿੜੀ ਚੀਜ਼ ਜਿਹੜੇ ਪੇਸ਼ੈਂਟ ਲਈ ਹੋ ਸਕਦੀ ਹੈ ਜਿਹੜਾ ਸામਨੇ ਵਾਲਾ ਇਦਾਂ ਰਿਐਕਟ ਕਰਦਾ ਕਿ ਡਿਪਰੈਸ਼ਨ ਕੁਸ਼ਨ ਵਿੱਚ ਹੁੰਦਾ ਹੀ ਹੈ। ਚਾਹੇ ਉਹ ਅਮੀਰ ਹੋਵੇ, ਚਾਹੇ ਉਹ ਗਰੀਬ ਹੋਵੇ, ਬਾਇਓਲੋਜੀ, ਬਾਇਓਲੋਜੀ। ਹਰ ਪੇਸ਼ੈਂਟ ਨੂੰ ਹਰ ਹਰ ਤਬਕੀ ਦੇ ਵਿੱਚ ਸਾਨੂੰ ਪੇਸ਼ੈਂਟਸ ਆਉਂਦੇ ਨੇ। ਹੂੰ। ਉਹ ਠੀਕ ਹੈ ਕਿ ਜਿਹੜੇ ਬੰਦੇ ਨੂੰ ਬਿਮਾਰੀ ਨਹੀਂ ਹੈ, ਉਹ ਕਿਸੇ ਉਹ ਉਹਨੂੰ ਉਹਨੂੰ ਇਹੀ ਲੱਗਦਾ ਹੈ ਜਿਹਨੂੰ ਸਟਾਰਟਿੰਗ ਦੇ ਵਿੱਚ ਕੋਵਿਡ ਨਹੀਂ ਸੀ ਹੋਇਆ ਨਹੀਂ ਉਹ ਇਹੀ ਕਹਿੰਦਾ ਸੀ ਵੀ ਕੋਵਿਡ ਵੀ ਕੁਝ ਨਹੀਂ ਹੈ। ਹਾਂ। ਸੂਸਾਈਡ ਇਨ ਦਾ ਬਦੰਦਾ ਕਾਰਨ ਇਹ ਹੈ ਕਿ ਜਿਹੜੀ ਅਸੀਂ ਬਿਲਕੁਲ ਟ੍ਰੀਟ ਕਰਨ ਜਹੀ ਮਾਇਲੋਜੀ ਬਿਮਾਰੀ ਨੂੰ ਅਸੀਂ ਟਾਈਮ ਸਰ ਨਹੀਂ ਟ੍ਰੀਟ ਕਰਦੇ ਉਹ ਵੱਧਦੀ ਜਾਂਦੀ ਹੈ ਤੇ ਇੱਕ ਲੈਵਲ ਤੇ ਜਾ ਕੇ ਉਹ ਇੱਕ ਘਾਹ ਤੱਕ ਮੂੜ ਤੇ ਪਹੁੰਚ ਜਾਂਦੀ ਹੈ ਤੇ ਮਰੀਜ਼ ਸੂਸਾਈਡ ਵੱਲ ਆਪਣੇ ਆਪ ਨੂੰ ਕਰ ਲੈਂਦਾ ਉਸ ਟਾਈਮ ਜਿਹੜਾ ਉਹਦਾ ਪਰਿਵਾਰ ਕਹਿੰਦਾ ਨਹੀਂ ਇਹ ਕੁਝ ਨਹੀਂ ਹੁੰਦਾ ਉਹ ਪੇਸ਼ੈਂਟ ਫਿਰ ਇਦਾਂ ਵੱਡਾ ਕਦਮ ਚੁੱਕ ਲੈਂਦਾ ਉਹ ਪੇਸ਼ੈਂਟ ਜਿਹੜਾ ਮੇਰੇ ਓਪੀਡੀ ਤੇ ਪਹਿਲੀ ਵਾਰ ਆ ਕੇ ਮੈਨੂੰ ਕਹਿੰਦਾ ਕਿ ਡਾਕਟਰ ਸਾਹਿਬ ਮੈਂ ਚਾਹੁੰਦਾ ਮੈਂ ਕੁਝ ਕਰ ਲਾਂ ਆਈ ਡੋਨਟ ਵਾਂਟ ਟੂ ਲਿਵ ਆਈ ਡੋਨਟ ਵਾਂਟ ਟੂ ਲਿਵ ਉਹ ਦੋ ਹਫ਼ਤੇ ਬਾਅਦ ਬਹੁਤ ਬੈਟਰ ਤਾਂ 2 ਮਹੀਨੇ ਬਾਅਦ ਮੈਨੂੰ ਇਸੇ ਕੁਰਸੀ ਸਾਹਮਣੇ ਦੀ ਕੁਰਸੀ ਤੇ ਬੈਠ ਕੇ ਹਾਜ਼ਰ ਡਾਕਟਰ ਸਾਹਿਬ ਮੈਂ ਇਦਾਂ ਵੀ ਗੱਲਾਂ ਕਰਦਾ ਸੀ ਨਾ ਤੁਹਾਡੇ ਕੋਲ ਅਲਟ ਸਾਲ ਸੀ ਉਲਟਾ ਸੋਚਦੇ ਆ ਵੀ ਅਜ ਰਿਟਾਇਰ ਹੋਵਾਂਗਾ ਤਾਂ ਬਸ ਰਿਲੈਕਸ ਕਰਾਂਗੇ ਕਿਰਕੀ ਇਦਾਂ ਹੁੰਦਾ ਨਹੀਂ ਤੁਸੀਂ ਰਿਟਾਇਰ ਕਰਦੇ ਹੋ ਤਾਂ ਉਹਨੂੰ ਕੋਈ ਇੱਕ ਦਿਨ ਦਾ ਅਗਲੇ ਦਿਨ ਕਾੜੀ ਸੋਚ ਨਹੀਂ ਬਦਲ ਜਾਂਦੀ ਜੀ ਉਹ ਫਿਰ ਮੈਂ ਅਕਸਰ ਦੇਖਿਆ 올ਡ ਏਜ ਦੇ ਵਿੱਚ ਰਿਟਾਇਰ ਹੋਣ ਦੇ 3 4 5 6 ਮਹੀਨੇ ਬਾਅਦ ਟੈਸ਼ਨ ਡਿਪਰੈਸ਼ਨ ਚੱਲ ਜਾਂਦਾ ਹੈ ਹਾਂ ਇਹ ਮੈਂ ਅਕਸਰ ਔਰਕਾਰਮ ਦੇਖਿਆ ਖੁਣ ਲੋਕੀ ਮੈਂ ਤਾਂ ਕਹਿੰਦੇ ਵੀ ਉਦਾਸੀ ਤਾਂ ਉਦਾਸਤਾ ਬੰਦਾ ਸਦਾ ਨਾ ਤੇ ਕੋ ਉਦਾਸੀ ਤੇ ਡਿਪਰੈਸ਼ਨ ਦੇ ਵਿੱਚ ਫਰਕ ਹੈ ਤੇ ਤੁਸੀਂ ਬਿਲਕੁਲ ਸਹੀ ਸਵਾਲ ਪੁੱਛਿਆ ਮੈਂ ਤੁਹਾਨੂੰ ਉਹਦੇ ਚਾਰ ਪੰਜ ਜਿਹੜੀ ਇੰਪੋਰਟੈਂਟ ਸਿੰਪਟਮਸ ਨੇ ਦੱਸੂਗਾ ਤੇ ਇੰਪੋਰਟੈਂਟ ਇਜ਼ ਆਫ ਡਿਊਰੇਸ਼ਨ ਤੁਸੀਂ ਕਹੇ ਵੀ ਕਦੋਂ ਸਾਨੂੰ ਫਿਕਰ ਦੀ ਲੋੜ ਹੈ ਅਸੀਂ 2 ਵੀਕਸ ਦਾ ਟਾਈਮ ਲੈ ਕੇ ਚੱਲਦੇ ਹਾਂ ਕਿਸੇ ਵੀ ਗੱਲਬਾਤ ਘੱਟ ਗਈ ਹੈ ਆਪਣੇ ਆਪ ਨੂੰ ਰੂਮ 'ਚ ਬੰਦ ਕਰ ਰਿਹਾ ਹੈ ਤੇ ਅਕੈਡੈਮਿਕ ਸੱڈنਲੀ ਡਾਊਨ ਹੋ ਗਏ ਹੈ ਬੱਚਾ ਲਾਇਕ ਸੀ ਸੱڈنਲੀ ਨੰਬਰਾਂ ਆਨੇ ਬੰਦ ਹੋ ਗਏ ਹੈ ਸੱڈنਲੀ ਗੱਲਬਾਤ ਕਰਨ ਦੀ ਬੰਦ ਹੋ ਗਿਆ ਹੈ ਸੱڈنਲੀ ਦੋਸਤਾਂ ਨਾਲ ਝੁਲਣਾ ਮਿਲਣਾ ਬੰਦ ਹੋ ਗਿਆ ਹੈ ਇਹ ਸਾਰੀਆਂ ਚੀਜ਼ਾਂ ਸਾਨੂੰ ਪੁਆਇੰਟ ਆਊਟ ਕਰਦੀਆਂ ਕਿ ਕਿਤੇ ਨਾ ਕਿਤੇ ਕੋਈ ਨਾ ਕੋਈ ਪ੍ਰੋਬਲਮ ਹੈ ਤੇ ਵੀ ਸ਼ੁਡ ਕੰਸਲਟ ਅ ਸਪੈਸ਼ਲਿਸ ਸਸ਼ੀਕਾਲ ਜੀ ਡਾਕ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਸਾਡੇ ਖਾਸ ਸੈਗਮੈਂਟ ਸਿਹਤ ਸੰਭਾਲ ਦੇ ਵਿੱਚ ਅੱਜ ਦੇ ਇਸ ਐਪੀਸੋਡ ਦੇ ਵਿੱਚ ਅਸੀਂ ਗੱਲ ਕਰਾਂਗੇ ਮਾਨਸਿਕ ਸਿਹਤ ਦੀ ਮਾਨਸਿਕ ਸਿਹਤ ਤੋਂ ਜੁੜੀ ਰੋਗਾਂ ਦੀ ਮਾਨਸਿਕ ਸਿਹਤ ਜ਼ਰੂਰੀ ਕਿਉਂ ਹੈ ਕਿਵੇਂ ਹੈ ਤੇ ਇਸ ਸਿਹਤ ਤੋਂ ਜੁੜੀ ਕੁਝ ਧਾਰਨਾਵਾਂ ਦੀ ਅੱਜ ਦੇ ਸਾਡੇ ਸਪੈਸ਼ਲ ਗੈਸਟ ਨੇ ਡਾਕਟਰ ਸਚਿੰਤ ਕੋਸ਼ਕ ਸਤਿ ਸ਼੍ਰੀ ਅਕਾਲ ਸਰ ਕਿਵੇਂ ਹੋ ਤੁਸੀਂ ਬਹੁਤ ਵਧੀਆ ਬਹੁਤ ਵਧੀਆ ਅਕਸਰ ਅਸੀਂ ਜਦੋਂ ਕਿਸੇ ਦਾ ਹਾਲਚਲ ਪੁੱਛਦੇ ਆ ਜਾਂ ਦੱਸਦੇ ਆ ਤਾਂ ਸਾਹਮਣੇ ਵਾਲਾ ਜੇ ਆਪਣੀ ਕੋਈ ਤਕਲੀਫ ਦੱਸਣੀ ਹੁੰਦੀ ਹੈ ਤਾਂ ਕੋਈ ਦੱਸਦਾ ਵੀ ਮੇਰੇ ਸਿਰ ਚ ਪੀੜ ਹੈ ਕੋਈ ਕਹਿੰਦਾ ਮੇਰੇ ਪੇਟ ਦੁਖਦੀ ਹੈ ਕੋਈ ਕਹਿੰਦਾ ਮੇਰੇ ਗੋਡਿਆਂ ਚ ਦਰਦਾ ਪਰ ਮਾਨਸਿਕ ਤੌਰ ਤੋਂ ਬਿਮਾਰ ਨਹੀਂ ਆ ਪਰੇਸ਼ਾਨ ਨੇ ਘੱਟ ਲੋਕ ਜ਼ਾਹਰ ਕਰਦੇ ਨੇ ਇਹਦੀ ਵਜ੍ਹਾ ਕੀ ਲੱਗਦੀ ਹੈ ਤੁਹਾਨੂੰ ਦੇਖੋ ਆ ਤੁਸੀਂ ਬਹੁਤ ਸਹੀ ਗੱਲ ਪੁੱਛੀਏ ਕਿ ਹਜੇ ਵੀ ਜੇ ਆਪਾਂ ਮਾਨਸਿਕ ਰੋਗਾ ਦੀ ਗੱਲ ਕਰੀਏ ਤਾਂ ਲੋਕੀ ਉਹਦੇ ਬਾਰੇ ਖੁੱਲ ਕੇ ਜ਼ਿਕਰ ਕਰਨਾ ਡਿਸਕਸ ਕਰਨੇ ਤੋਂ ਬਚਦੇ ਨੇ ਕਿਤੇ ਨਾ ਕਿਤੇ ਲੋਕਾਂ ਨੂੰ ਉਹਦੇ ਪਿੱਛੇ ਕਾਰਨ ਇਹ ਹੈ ਕਿ ਮਾਨਸਿਕ ਰੋਗ ਕਿਉਂ ਹੁੰਦੇ ਨੇ ਕਿਸ ਤਰ੍ਹਾਂ ਹੁੰਦੇ ਨੇ ਇਹਦੇ ਬਾਰੇ ਉਹਨਾਂ ਨੂੰ ਨੌਲੇਜ ਨਹੀਂ ਹੈ ਹਮ ਜੀਤੇ ਕਰਕੇ ਲੋਕਾਂ ਨੂੰ ਲੱਗਦਾ ਵੀ ਮੈਂ ਜੇ ਇਹ ਕਹੂੰਗਾ ਕਿ ਮੈਨੂੰ ਮਾਨਸਿਕ ਕੋਈ ਬਿਮਾਰੀ ਹੈ ਤਾਂ ਲੋਕੀ ਸਮਝਣਗੇ ਵੀ ਮੈਂ ਇੱਕ ਮਾਨਸਿਕ ਤੌਰ ਤੇ ਕਮਜ਼ੋਰ ਇਨਸਾਨ ਹਾਂ ਹਮ ਬਿਲਕੁਲ ਇਸ ਚੀਜ਼ ਤੋਂ ਡਰ ਕੇ ਉਹ ਆਪਣੀ ਗੱਲ ਨਹੀਂ ਦੱਸਦੇ ਕਿਉਂਕਿ ਉਹਨਾਂ ਨੂੰ ਇਹ ਪਤਾ ਹੀ ਨਹੀਂ ਹੈ ਵੀ ਇਹ ਰੋਗ ਜਿਵੇਂ ਕਿਸੇ ਨੂੰ ਸ਼ੂਗਰ ਦੀ ਬਿਮਾਰੀ ਹੈ ਜਿਵੇਂ ਕਿਸੇ ਨੂੰ ਬੀਪੀ ਦੀ ਬਿਮਾਰੀ ਹੈ ਉਸੇ ਤਰੀਕੇ ਨਾਲ ਮਾਨਸਿਕ ਰੋਗ ਨੇ ਜੀ ਤੇ ਇਹ ਨੋਲੇਜ ਦੀ ਕਮੀ ਕਰਕੇ ਲੋਕਾਂ ਨੂੰ ਇਸ ਦੇ ਪਿੱਛੇ ਇੱਕ ਡਰ ਕਿ ਕਿਤੇ ਸਾਹਮਣੇ ਵਾਲਾ ਮੈਨੂੰ ਜੱਜ ਨਾ ਕਰੇ ਜੀ ਇਹ ਡਰ ਤੋਂ ਹੀ ਸ਼ੁਰੂਆਤ ਕਰਦੇ ਨੇ ਇਹ ਮਾਨਸਿਕ ਰੋਗ ਜਾਂ ਸਾਈਕੀਐਟ੍ਰਿਕ ਟਰੀਟਮੈਂਟ ਤੋਂ ਜੁੜੇ ਕਾਫੀ ਮਿਥਸ ਨੇ ਆ ਧਾਰਨਾਵਾਂ ਨੇ ਸੋ ਜਿਵੇਂ ਤੁਸੀਂ ਪਹਿਲੀ ਧਾਰਨਾ ਆਪ ਹੀ ਤੁਸੀਂ ਦੱਸੇ ਕਿ ਲੋਕਾਂ ਨੂੰ ਲੱਗਦਾ ਹੈ ਕਿ ਮਾਨਸਿਕ ਰੋਗ ਉਹਨਾਂ ਨੂੰ ਹੀ ਹੁੰਦੇ ਆ ਜੋ ਮਾਨਸਿਕ ਤੌਰ ਤੋਂ ਕਮਜ਼ੋਰ ਨੇ ਬਿਲਕੁਲ ਪਰ ਇਹ ਸਰੇ ਸਰੇ ਗਲਤ ਹੈ ਹਮ ਮਾਨਸਿਕ ਰੋਗ ਦੇ ਪਿੱਛੇ ਤਿੰਨ ਕਾਰਨ ਨੇ ਜੀ ਸਭ ਤੋਂ ਵੱਡਾ ਕਾਰਨ ਬਾਇਓਲੋਜੀਕਲ ਹੈ ਓਕੇ ਹੈ ਨਾ ਜਿਸ ਤਰ੍ਹਾਂ ਸਾਨੂੰ ਪਤਾ ਹੈ ਵੀ ਸਾਡੇ ਸਰੀਰ 'ਚ ਜੇ thyroid ਹਾਰਮੋਨ ਘਟ ਜਾਂਦਾ ਤਾਂ ਸਾਨੂੰ thyroid ਦੀ ਪ੍ਰੋਬਲਮ ਹੁੰਦੀ ਹੈ ਜੇ insulin ਘਟਦੀ ਵਧਦੀ ਹੈ ਤਾਂ ਸਾਨੂੰ ਸ਼ੂਗਰ ਦੀ ਪ੍ਰੋਬਲਮ ਹੁੰਦੀ ਹੈ ਇਸੇ ਤਰੀਕੇ ਨਾਲ ਸਾਡੀ ਬ੍ਰੇਨ ਦੇ ਵਿੱਚ ਕੁਝ ਰਸਾਇਣ ਨੇ ਹਮ ਜਿਨ੍ਹਾਂ ਨੂੰ ਅਸੀਂ ਨਿਊਰੋਟ੍ਰਾਂਸਮਿਟਰਸ ਕਹਿੰਦੇ ਨੇ ਸੈਰੋਟੋਨਿਨ ਡੋਪਾਮਿਨ ਨੋਰੇਪ੍ਰినੇਫ੍ਰਿਨ ਇਹ ਨਿਊਰੋਟ੍ਰਾਂਸਮਿਟਰਸ ਦਾ ਡੈਲੀਕੇਟ ਇੱਕ ਬੈਲੈਂਸ ਹੈ ਸਾਡੀ ਬ੍ਰੇਨ ਦੇ ਵਿੱਚ ਉਹ ਬੈਲੈਂਸ ਜਦ ਡਿਸਟਰਬ ਹੁੰਦਾ ਤਾ ਬਾਇਓਲੋਜੀਕਲ ਤੌਰ ਤੇ ਸਾਨੂੰ ਲੱਛਣ ਆਨੇ ਸ਼ੁਰੂ ਹੋ ਜਾਂਦੇ ਨੇ ਸਿਮਟਮ ਜਿਹਨੂੰ ਅਸੀਂ ਕਹਿੰਦੇ ਹਾਂ ਇਸ ਤੋਂ ਤੋਂ ਬਾਇਓਲੋਜੀ ਦਾ ਸਭ ਤੋਂ ਵੱਡਾ ਕਾਰਨ ਹੈ ਤੇ ਬਾਇਓਲੋਜੀ ਜੁੜੀ ਹੋਈ ਹੈ ਸਾਡੀ ਜੀਨਸ ਦੇ ਨਾਲ ਸਾਡੇ ਹਾਰਮੋਨਸ ਦੇ ਨਾਲ ਸਾਡੀ ਆਪਣੀ ਆਪ ਰਖ ਸੰਸਾਮ ਸੰਭਾਲ ਦੇ ਨਾਲ ਸਾਡੀ ਲਾਈਫ ਸਟਾਈਲ ਦੇ ਨਾਲ ਜੇ ਸਾਡੀ ਬਾਇਓਲੋਜੀ ਡਿਸਟਰਬ ਹੈ ਮਾਨੂੰ ਜੈਨੇਟਿਕ ਤੌਰ ਤੇ ਕਿਸ ਨੂੰ ਡਿਪਰੈਸ਼ਨ ਦੀ ਕਿਸੇ ਫਾਦਰ ਨੂੰ ਡਿਪਰੈਸ਼ਨ ਸੀ ਤਾਂ ਉਹਨੂੰ ਡਿਪਰੈਸ਼ਨ ਹੋਣ ਦੇ ਚਾਂਸਸ ਜ਼ਿਆਦਾ ਨੇ ਹੁਣ ਉਹਦੇ ਵਿੱਚ ਉਹ ਕਮਜ਼ੋਰ ਹੈ मतलब ਉਹ ਕਿਸ ਤਰ੍ਹਾਂ ਦਾ ਇਨਸਾਨ ਹੈ ਉਹਦੀ ਆਈਕਿਊ ਘੱਟ ਹੈ ਬਦਦਾ ਪੂਰੀ ਨਾ ਦੇ ਨਾ ਹੂੰ ਤਾਂ ਸਭ ਤੋਂ ਵੱਡਾ ਕਾਰਨ ਬਾਇਓਲੋਜੀਕਲ ਦੂਜਾ ਕਾਰਨ ਸਾਈਕੋਲੋਜੀਕਲ ਓਕੇ ਸਾਈਕੋਲੋਜੀਕਲ ਮਤਲਬ ਸਾਡੀ ਪਰਸਨੈਲਿਟੀ ਸਾਡਾ ਦੁਨੀਆ ਨੂੰ ਦੇਖਣ ਦਾ ਤਰੀਕਾ ਸਾਡਾ ਪਰਸਪੈਕਟਿਵ ਜਦ ਬੱਚਾ ਛੋਟੀ ਜੀ ਉਮਰ ਤੋਂ ਲੈ ਕੇ 17 18 ਸਾਲ ਤੱਕ ਵੱਧਦਾ ਜਾਂਦਾ ਉਹਦੀ ਇੱਕ ਪਰਸਨੈਲਿਟੀ ਬਣਦੀ ਜਾਂਦੀ ਹੈ ਜਿਹੜੀ ਤਕਰੀਬਨ ਤਕਰੀਬਨ 17 18 ਸਾਲ ਦੀ ਉਮਰ ਦੇ ਵਿੱਚ ਤਕਰੀਬਨ ਤਿਆਰ ਹੋ ਜਾਂਦੀ ਹੈ ਹੂੰ ਕਈ ਵਾਰ ਬੱਚਿਆਂ ਦੇ ਸ਼ੁਰੂਆਤੀ ਜੀਵਨ ਦੇ ਵਿੱਚ ਕੁਝ ਇਦਾਂ ਦੇ ਸਟ੍ਰੈਸ ਤੁਸੀਂ ਕਹਿ ਸਕਦੇ ਹੋ ਸਟ੍ਰੈਸ ਟਰੋਮਾ ਜਾਂ ਪਰਿਵਰਤਨ ਜਾਂ ਜ਼ਿੰਦਗੀ 'ਚ ਇਦਾਂ ਦੇ ਚੀਜ਼ਾਂ ਆਉਂਦੀਆਂ ਨੇ ਜਾਂ ਉਹਨਾਂ ਦੀ ਪੇਰੈਂਟਿੰਗ ਹੀ ਤਰੀਕੇ ਨਾਲ ਨਹੀਂ ਹੁੰਦੀ ਜਾਂ ਜਿਸ ਸਿਚੁਏਸ਼ਨ 'ਚੋਂ ਨਿਕਲ ਰਹੇ ਨੇ ਉਹ ਸਹੀ ਨਹੀਂ ਹੁੰਦਾ ਜਿਦੇ ਕਰਕੇ ਉਹਨਾਂ ਦੀ ਪਰਸਨੈਲਿਟੀ ਇੱਕ ਹੈਲਦੀ ਪਰਸਨੈਲਿਟੀ ਨਹੀਂ ਬੁਣਦੀ ਹੂੰ ਕੋਈ ਐਕਸਟਰਾ ਸੈਂਸਿਟਿਵ ਹੋ ਜਾਂਦਾ ਕੋਈ ਨਿੱਕੀ ਨਿੱਕੀ ਗੱਲ ਨੂੰ ਓਵਰ ਥਿੰਕ ਕਰਨ ਦੀ ਟੈਂਡੈਂਸੀ ਹੋ ਜਾਂਦੀ ਹੈ ਕੋਈ ਐਗਰੈਸਿਵ ਹੋ ਜਾਂਦਾ ਉਹ ਵੀ ਕਿਸੇ ਹੱਦ ਤੱਕ ਸਾਡੇ ਬਾਇਓਲੋਜੀਕਲ ਸਿਸਟਮ ਨੂੰ ਅਫੈਕਟ ਕਰਦਾ ਤੇ ਤੀਜਾ ਜਿਹੜਾ ਮੈਂ ਕਾਰਨ ਕਿਹਾ ਉਹ ਹੈ ਸੋਸ਼ਲ ਇਹਨੂੰ ਅਸੀਂ ਕਹਿੰਦੇ ਨਾ ਬਾਇਓਸਾਈਕੋਸੋਸ਼ਲ ਮਾਡਲ ਹਮ ਸੋਸ਼ਲ ਕਾਰਨ ਮਤਲਬ ਸਾਡੇ ਆਸ-ਪਾਸ ਦੇ ਹਾਲਾਤ ਉਹਨਾਂ ਦਾ ਵੀ ਰੋਲ ਹੈ ਕਈ ਵਾਰ ਕੋਈ ਮੇਜਰ ਕਾਰਨ ਹੋ ਗਿਆ ਹੁਣ ਆਪਾਂ ਕੋਵਿਡ ਤੋਂ ਗੁਜ਼ਰੇ ਆਂ ਉਹਨ ਕੋਵਿਡ ਇੱਕਦਮ ਤੋਂ ਕਈਆਂ ਦੀ ਰੋਜ਼ੀ-ਰੋਟੀ ਚਲੀ ਗਈ ਕਈਆਂ ਨੂੰ ਇੱਕਦਮ ਤੋਂ ਘਰ ਦੇ ਵਿੱਚ ਬੰਦ ਹੋ ਕੇ ਬਹਿਣਾ ਪੈ ਗਿਆ ਕਈ ਆਪਣੇ ਬੱਚਿਆਂ ਨੂੰ ਮਿਲ ਨਹੀਂ पाए ਕਈਆਂ ਦੇ ਲਵਡ ਵਾਂਸ ਚਲੇ ਗਏ ਚਲੇ ਗਏ ਤਾਂ ਲਾਈਫ ਦੇ ਵਿੱਚ ਡੈਥ ਇਹ ਸਭ ਚੀਜ਼ਾਂ ਡਿਵੋਰਸ ਮੈਰਿਜ ਰਿਲੇਸ਼ਨਸ਼ਿਪ ਇਸ਼ੂਸ ਤੇ ਅੱਜ ਕੱਲ ਦੀ ਯੰਗ ਜਨਰੇਸ਼ਨ ਦੇ ਵਿੱਚ ਮੈਂ ਬਹੁਤ ਕਾਮਨ ਦੇਖਿਆ ਹੈ ਰਿਲੇਸ਼ਨਸ਼ਿਪ ਇਸ਼ੂਸ ਜੀ ਇਹ ਤੀਜੇ ਕਾਰਨ ਕਰਕੇ ਵੀ ਮੇਜਰ ਕੇਵਾਂ ਸਾਨੂੰ ਸਟ्रेस ਹੁੰਦਾ ਹੈ ਇਹ ਵੀ ਸਾਡੀ ਮਾਨਸਿਕ ਬਿਮਾਰੀ ਦੇ ਵਿੱਚ ਸਾਨੂੰ ਅਫੈਕਟ ਕਰ ਸਕਦਾ ਹੈ ਤੇ ਇਹ ਤਿੰਨ ਮੁੱਖ ਤੌਰ ਤੇ ਕਾਰਨ ਨੇ ਇੱਕ ਹੋਰ ਜਿਹੜੀ ਸਭ ਤੋਂ ਵੱਡੀ ਧਾਰਨਾ ਜਿਹੜੀ ਮੈਨੂੰ ਲੱਗਦੀ ਹੈ ਜਿਹੜੀ ਅਸੀਂ ਵੀ ਕਾਫੀ ਵਕਤ ਤੱਕ ਮੰਨਦੇ ਆਏ ਕਿ ਜਿਹੜਾ ਟ੍ਰੀਟਮੈਂਟ ਹੁੰਦਾ ਉਹ ਕੁਝ ਬਹੁਤ ਪਾਰਟਿਕੂਲਰ ਟ੍ਰੀਟਮੈਂਟ ਨਹੀਂ ਹੈ ਤਾਂ ਲੋਕਾਂ ਨੂੰ ਲੱਗਦਾ ਕਿ ਜਦੋਂ ਤੁਹਾਡਾ ਡਾਕਟਰ ਸਿਰਫ ਤੁਹਾਡੇ ਨਾਲ ਗੱਲਾਂ ਕਰਕੇ ਹੀ ਤੁਹਾਡਾ ਟ੍ਰੀਟਮੈਂਟ ਜਾਂ ਤੁਹਾਡੀ ਗੱਲਾਂ ਸੁਣ ਕੇ ਹੀ ਟ੍ਰੀਟਮੈਂਟ ਕਰ ਰਿਹਾ ਹੈ ਤੇ ਇਹ ਕੋਈ ਪੁਖਤਾ ਇਲਾਜ ਨਹੀਂ ਹੋਇਆ ਇਹ ਸਭ ਤੋਂ ਵੱਡਾ ਮਿਥ ਹੈ ਬਿਲਕੁਲ ਤੁਸੀਂ ਗੱਲ ਬਿਲਕੁਲ ਠੀਕ ਕੀਤੀ ਹੈ ਦੇਖੋ ਜਿਸ ਤਰ੍ਹਾਂ ਮੈਂ ਤੁਹਾਨੂੰ ਕਾਰਨ ਦੱਸੇ ਤੇ ਟਰੀਟਮੈਂਟ ਵੀ ਤਿੰਨੇ ਕਾਰਨਾ ਤੇ ਉੱਪਰ ਫੋਕਸ ਹੁੰਦਾ ਜੀ ਪਹਿਲਾ ਕਾਰਨ ਬਾਇਓਲੋਜੀਕਲ ਹੈ ਤਾਂ ਮੈਡੀਸਿਨ ਸਾਨੂੰ ਲੈਣੀ ਜ਼ਰੂਰੀ ਹੁੰਦੀ ਹੈ ਬਹੁਤ ਜ਼ਰੂਰੀ ਇਸ ਹਰ ਮਰੀਜ਼ ਦੇ ਵਿੱਚ ਪਰ ਕਾਫੀ ਮਰੀਜ਼ ਇਦਾਂ ਦੇ ਨਹੀਂ ਜਿਨ੍ਹਾਂ ਨੂੰ ਸਾਨੂੰ ਮੈਡੀਸਿਨ ਦੀ ਲੋੜ ਜ਼ਰੂਰੀ ਹੁੰਦੀ ਹੈ ਮੈਡੀਸਿਨ ਨੂੰ ਲੈ ਕੇ ਲੋਕਾਂ ਨੂੰ ਮਿਥ ਬਹੁਤ ਨੇ ਕਿ ਵੀ ਇਹ ਹੈਬਿਟ ਫਾਰਮਿੰਗ ਨੇ ਇਹਨਾਂ ਦੀ ਆਦਤ ਪੈ ਜਾਂਦੀ ਹੈ ਇਹਦਾ ਬਿਲਕੁਲ ਨਹੀਂ ਹੈ ਜੇ ਤੁਸੀਂ ਡਾਕਟਰ ਦੀ ਸਲਾਹ ਤੋਂ ਦਵਾਈ ਲੈ ਰਹੇ ਹੋ ਕੋਈ ਐਂਟੀ ਡਿਪਰੈਸੈਂਟ ਹੈਬਿਟ ਫਾਰਮਿੰਗ ਨਹੀਂ ਹੈ ਇਹ ਤਾਂ ਬਲਕਿ ਆਦਤ ਪੈਣ ਦਾ ਕਾਰਨ ਹੈ ਕਿ ਲੋਕੀ ਆਪਣੇ ਵੱਲੋਂ ਹੀ ਦਵਾਈਆਂ ਕਿਤੋਂ ਲੈ ਕੇ ਕੋਈ ਨੀਂਦ ਦੀ ਗੋਲੀ ਕਿਤੋਂ ਲੈ ਕੇ ਖਾਈ ਜਾਂਦੇ ਨੇ ਜਿਹਦੀ ਹੈਬਿਟ ਹੋ ਜਾਂਦੀ ਹੈ। ਹੂੰ ਤੇ ਡਾਕਟਰੀ ਸਲਾਹ ਦੇ ਅੰਦਰ ਇੱਕ ਸਾਈਕਾਇਟ੍ਰੀ ਦੇ ਸਲਾਹ ਦੇ ਅੰਦਰ ਦਿੱਤੀ ਦਵਾਈ ਨਾਲ ਤੁਹਾਨੂੰ ਕੋਈ ਹੈਮਿਡ ਦਾ ਡਰ ਨਹੀਂ ਹੈ। ਤੇ ਇਹਦਾ ਲਿਮਿਟਿਡ ਟਾਈਮ ਕੋਰਸ ਹੈ ਜਿਵੇਂ ਬਾਕੀ ਬਿਮਾਰੀਆਂ ਦਾ ਕੋਰਸ ਹੁੰਦਾ ਵੀ ਸੀ ਪਹਿਲੇ ਐਪੀਸੋਡ 'ਚ ਇਨਿਮੀਨੇਟਰੀ ਦਿਨ ਆ ਫਿਰ ਦੂਜਾ ਦੂਜੀ ਵਾਰ ਹੋਏ ਤਾਂ ਇਹਨਾਂ ਦੇ ਨਾਲ ਇੰਟਰਨੈਸ਼ਨਲੀ ਗਾਈਡਲਾਈਨਸ ਦੇ ਹਿਸਾਬ ਤੱਕ ਨਾਲ ਟਰੀਟਮੈਂਟ ਦਿੱਤਾ ਜਾਂਦਾ। ਹੂੰ ਦੂਜਾ ਜਿਹੜੀ ਤੁਸੀਂ ਗੱਲ ਕਹੀ ਕਿ ਸਾਈਕੋਲੋਜੀਕਲ ਪਰਸਨੈਲਿਟੀ ਐਸਪੈਕਟ ਨੂੰ ਵਰਕ ਕਰਨ ਲਈ ਤਾਂ ਕਾਉਂਸਲਿੰਗ ਦੀ ਬਹੁਤ ਇੰਪੋਰਟੈਂਟ ਲੋੜ ਹੈ ਜੀ ਤੇ ਕਾਉਂਸਲਿੰਗ ਲੋਕਾਂ ਨੂੰ ਲੱਗਦਾ ਕਾਉਂਸਲਿੰਗ ਸਿਰਫ ਗੱਲਬਾਤ ਨਹੀਂ ਹੈ ਕਾਉਂਸਲਿੰਗ ਸਾਡੀ ਦੁਨੀਆ ਨੂੰ ਦੇਖਣ ਦੀ ਸੋਚ ਨੂੰ ਬਦਲਣ ਦਾ ਇੱਕ ਤਰੀਕਾ ਹੈ ਜਿਹਨੂੰ ਅਸੀਂ ਕਹਿੰਦੇ ਨੇ ਸੀਬੀਟੀ ਕಾಗ್ਨੀਟਿਵ ਬਿਹੇਵੀਅਰ ਥੈਰੇਪੀ ਜੀ ਕਿਸ ਤਰੀਕੇ ਨਾਲ ਅਸੀਂ ਹੌਲੀ ਹੌਲੀ ਕਰਕੇ ਆਪਣੀ ਸੋਚ ਨੂੰ ਬਦਲਦੇ ਹਾਂ ਸੋਚ ਨੂੰ ਬਦਲਦੇ ਹਾਂ ਤਾਂ ਜਿਹੜੇ ਸਾਡੇ ਛੋਟੇ ਛੋਟੇ ਸਟ्रेस ਸਾਨੂੰ ਰੋਜ਼ ਪਰੇਸ਼ਾਨ ਕਰਦੇ ਨੇ ਉਹ ਸਟ्रेस ਸਾਨੂੰ ਕਿਵੇਂ ਹੈਂਡਲ ਕਰਨੇ ਨੇ ਉਹ ਸਟ्रेस ਦਾ ਸਾਡੇ ਬਾਇਓਲੋਜੀ ਤੇ ਅਸਰ ਨਾ ਪਵੇ ਇਹ ਸਾਰੀ ਚੀਜ਼ਾਂ ਤੇ ਉੱਪਰ ਵਰਕ ਕੀਤਾ ਜਾਂਦਾ ਹੈ ਜੀ ਤੇ ਇਹ ਸਿਰਫ ਕੋਈ ਗੱਲਬਾਤ ਨਹੀਂ ਹੋਈ ਵੀ ਆਪਾਂ ਸਿਰਫ ਗੱਲਬਾਤ ਕੁੱਛ ਕੇ ਅੱਗੇ ਇਹ ਤਾਂ ਇੱਕ ਬਹੁਤ ਸੈਂਟੀਫਿਕਲੀ ਇਸਟੈਬਲਿਸ਼ਡ ਟੈਕਨੀਕ ਹੈ ਡੀਪ ਥੈਰੇਪੀ ਹੈ ਹਾਂ ਥੈਰੇਪੀ ਹੈ ਜੀ ਇਹ ਸਰ ਬਹੁਤ ਅਨਫੋਰਚੂਨੇਟ ਹੈ ਸਾਡੇ ਭਾਰਤ ਦੇ ਵਿੱਚ ਜਿਹੜੇ ਮੈਂਟਲ ਪੇਸ਼IENTS ਨੇ ਉਹਨਾਂ ਦੀ ਤਾਦਾਦ ਵੱਧ ਰਹੀ ਹੈ ਪਰ ਹਲੇ ਵੀ ਕੁਝ ਸੈਕਸ਼ਨ ਆਫ ਸੋਸਾਇਟੀ ਆ Uh, irrespective of uh, religion caste color age ਇਹਨੇ ਸੋਚਿਆ ਜਾਂਦਾ ਹੈ ਕਿ ਜਿਹੜਾ ਡਿਪਰੈਸ਼ਨ ਹੈ ਨਾ ਇਹ ਮਤਲਬ ਵੇਲਿਆਂ ਦੀ ਜਾਂ ਅਮੀਰਾਂ ਦੀ ਬਿਮਾਰੀ ਆ ਵੀ ਅਸੀਂ ਤਾਂ ਸਾਰਾ ਟਾਈਮ ਕੰਮ ਕਰਦੇ ਆ ਸਾਨੂੰ ਤਾਂ ਬੈੱਡ ਤੇ ਪੈਂਦੇ ਹੀ ਨੀਂਦ ਆ ਜਾਂਦੀ ਹੈ ਸਾਨੂੰ ਤਾਂ ਪਤਾ ਹੀ ਨਹੀਂ ਡਿਪਰੈਸ਼ਨ ਹੁੰਦਾ ਕੀ ਆ ਆ ਤੁਹਾਡੀ ਆਪ ਦੀ ਕ੍ਰੀਏਟ ਕੀਤੀ ਬਿਮਾਰੀ ਆ ਮੈਂ ਅਕਸਰ ਸਭ ਤੋਂ ਭੈੜੀ ਚੀਜ਼ ਜਿਹੜੇ ਪੇਸ਼ੈਂਟ ਲਈ ਹੋ ਸਕਦੀ ਹੈ ਜਿਹੜਾ ਸਾਹਮਣੇ ਵਾਲਾ ਇਦਾਂ ਰਿਐਕਟ ਕਰਦਾ ਕਿ ਡਿਪਰੈਸ਼ਨ ਡਿਪਰੈਸ਼ਨ ਕੁਝ ਹੁੰਦਾ ਹੀ ਨਹੀਂ ਦੇਖੋ ਇਹ ਇਹ ਤੁਸੀਂ ਬਿਲਕੁਲ ਸਹੀ ਗੱਲ ਕਹੀ ਕਿ ਲੋਕਾਂ ਦੇ ਵਿੱਚ ਜਿਹੜੀ ਬਹੁਤ ਵੱਡੀ ਮਿਥ ਹੈ ਵੀ ਇਹ ਤਾਂ ਕਿਸੇ ਖਾਸ ਤਬਕੇ ਦੇ ਲੋਕਾਂ ਦੀ ਬਿਮਾਰੀ ਹੈ ਇਹ ਤਾਂ ਖਾਸ ਅ ਕਿਸੇ ਖਾਸ ਏਜ ਗਰੁੱਪ ਦੀ ਬਿਮਾਰੀ ਹੈ ਇਹ ਬਿਲਕੁਲ ਗਲਤ ਹੈ ਹਮ ਹਰ ਤਬਕੇ ਦੇ ਵਿੱਚ ਚਾਹੇ ਉਹ ਅਮੀਰ ਹੋਵੇ ਚਾਹੇ ਉਹ ਗਰੀਬ ਹੋਵੇ ਬਾਇਓਲੋਜੀ ਬਾਇਓਲੋਜੀ ਹੈ ਠੀਕ ਹੈ ਕਿ ਨਹੀਂ ਹਰ ਪੇਸ਼ੈਂਟ ਨੂੰ ਹਰ ਹਰ ਤਬਕਾ ਦੇ ਵਿੱਚ ਸਾਨੂੰ ਪੇਸ਼ੈਂਟ ਸਾਨੂੰ ਹੁੰਦੇ ਨੇ ਉਹ ਠੀਕ ਹੈ ਕਿ ਜਿਹੜੇ ਬੰਦੇ ਨੂੰ ਬਿਮਾਰੀ ਨਹੀਂ ਹੈ ਉਹ ਕਿਸੇ ਉਹ ਉਹ ਨੂੰ ਉਹਨੂੰ ਇਹੀ ਲੱਗਦਾ ਜਿਹਨੂੰ ਸਟਾਰਟਿੰਗ ਦੇ ਵਿੱਚ ਕੋਵਿਡ ਨਹੀਂ ਸੀ ਹੋਇਆ ਨਹੀਂ ਉਹ ਇਹੀ ਕਹਿੰਦਾ ਸੀ ਵੀ ਕੋਵਿਡ ਵੀ ਕੁਝ ਨਹੀਂ ਹੈ ਹਾਂ ਕੋਵਿਡ ਦੇ ਵਿੱਚ ਅਸੀਂ ਸਟਾਰਟਿੰਗ ਦੇ ਵਿੱਚ ਬਹੁਤ ਹੋਇਆ ਬੈਮ ਹੈ ਕੋਵਿਡ ਤਾਂ ਕੁਝ ਨਹੀਂ ਹੁੰਦਾ ਸਰਦੀ ਜ਼ੁਖਾਮ ਜੀ ਪਰ ਗੱਲ ਇਹ ਹੈ ਕਿ ਇਹ ਬਿਲਕੁਲ ਗਲਤ ਹੈ ਤੇ ਸਭ ਤੋਂ ਵੱਡਾ ਕਾਰਨ ਜੇ ਤੁਸੀਂ ਤੁਹਾਨੂੰ ਜਾਣ ਕੇ ਹੈਰਾਨੀ ਹੋਏਗੀ ਕਿ ਆਪਾਂ ਜਦ ਮਾਨਸਿਕ ਬਿਮਾਰੀ ਦੀ ਗੱਲ ਕਰਦੇ ਆ ਸਾਨੂੰ ਇੱਕ ਇੰਪੋਰਟੈਂਟ ਰਿਸਕ ਫੈਕਟਰ ਜਿਹੜਾ ਅਸੀਂ ਦੇਖਦੇ ਆ ਮਾਨਸਿਕ ਬਿਮਾਰੀ ਦਾ ਜਿਹੜਾ ਸਾਡੇ ਵੱਧਦਾ ਜਾ ਰਿਹਾ ਭਾਰਤ ਦੇ ਵਿੱਚ ਤਾਂ ਖਾਸ ਕਰਕੇ ਵੱਧਦਾ ਜਾ ਰਿਹਾ ਉਹ ਹੈ ਸੁਸਾਇਸਾਈਡ ਜੀ ਸੁਸਾਇਸਾਈਡ ਇਹਦਾ ਵਧਣ ਦਾ ਕਾਰਨ ਇਹ ਹੈ ਕਿ ਜਿਹੜੀ ਅਸੀਂ ਬਿਲਕੁਲ ਟ੍ਰੀਟ ਕਰਨ ਜਹੀ ਮਾਈਲੋਜੀ ਬਿਮਾਰੀ ਨੂੰ ਅਸੀਂ ਟਾਈਮ ਸਿਰ ਨਹੀਂ ਟ੍ਰੀਟ ਕਰਦੇ ਉਹ ਵੱਧ ਹੀ ਜਾਂਦੀ ਹੈ ਤੇ ਇੱਕ ਲੈਵਲ ਤੇ ਜਾ ਕੇ ਉਹ ਇੱਕ ਘਾਤਕ ਮੋੜ ਤੇ ਪਹੁੰਚ ਜਾਂਦੀ ਹੈ ਤੇ ਮਰੀਜ਼ ਸੁਸਾਇਸਾਈਡ ਵੱਲ ਆਪਣੇ ਆਪ ਨੂੰ ਕਰ ਲੈਂਦਾ ਤੇ ਹਰ ਸੁਸਾਇਸਾਈਡ ਵਾਲਾ ਪੇਸ਼ੈਂਟ ਤਕਰੀਬਨ ਤਕਰੀਬਨ ਇੱਕ ਆਦੀਵਾਰ ਕੋਈ ਨਾ ਕੋਈ ਹਿੰਟ ਜ਼ਰੂਰ ਦਿੰਦਾ ਹੈ ਇਹ ਮੇਰੇ ਮਨਤੀ ਡਾ ਦੇ ਬਚਾਰਾ ਨੇ ਉਹੀ ਉਸ ਟਾਈਮ ਜਿਹੜਾ ਉਹਦਾ ਪਰਿਵਾਰ ਕਹਿੰਦਾ ਨਹੀਂ ਇਹ ਕੁਝ ਨਹੀਂ ਹੁੰਦਾ ਹੂੰ ਉਹ ਪੇਸ਼ੈਂਟ ਫਿਰ ਇਦਾਂ ਵੱਡਾ ਕਦਮ ਚੁੱਕ ਲੈਂਦਾ ਜੀ ਤਾਂ ਇਸ ਕਰਕੇ ਇਸ ਧਾਰਨਾ ਨੂੰ ਆਪਾਂ ਨੂੰ ਤੇ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਮੈਨੂੰ ਲੱਗਦਾ ਹੈ ਕਿ ਸਾਨੂੰ ਤੋੜਨਾ ਬਹੁਤ ਜ਼ਰੂਰੀ ਹੈ ਇਹ ਯੂ ਇਹ ਬਿਮਾਰੀ ਜਿਵੇਂ ਹੋਰ ਬਿਮਾਰੀਆਂ ਉਸੇ ਬਿਮਾਰੀ ਦੀ ਤਾਂ ਆ ਮੈਂ ਆ ਮੈਂ ਇਹ ਤੁਸੀਂ ਸਰ ਸੁਸਾਈਡਲ ਥਾਟਸ ਦੀ ਗੱਲ ਕੀਤੀ ਇੱਥੇ ਤੱਕ ਮੈਂ ਆਣਾ ਚਾਰੀ ਸੀ ਕਿ ਤੁਹਾਡੇ ਐਕਸਪੀਰੀਅੰਸ ਦੇ ਵਿੱਚ ਜਦੋਂ ਇਹੋ ਜਿਹੇ ਪੇਸ਼ੈਂਟਸ ਤੁਹਾਡੇ ਕੋਲ ਆਉਂਦੇ ਆ ਜਿਨ੍ਹਾਂ ਦੀ ਸਟਰੋਂਗ ਟੈਂਡੈਂਸੀ ਹੁੰਦੀ ਹੈ ਸੁਸਾਈਡ ਵੱਲ ਜਾਂ ਸੁਸਾਈਡਲ ਥਾਟਸ ਬਹੁਤ ਹੀ ਰੈਕਰਿੰਗ ਹੁੰਦੇ ਆ ਕਿਵੇਂ ਉਹ ਤੁਸੀਂ ਡੀਲ ਕਰਦੇ ਹੋ ਉਹਨਾਂ ਪੇਸ਼ੈਂਟਸ ਦੇ ਨਾਲ ਤੇ ਤੁਹਾਡੇ ਐਕਸਪੀਰੀਅੰਸ ਦੇ ਵਿੱਚ ਐਦਾਂ ਹੋਇਆ ਹੈ ਕਿ ਉਹ ਕੰਡੀਸ਼ਨਸ ਰਿਵਰਸ ਹੁੰਦੀ ਤੁਸੀਂ ਦੇਖੀ ਹੈ ਤਕਰੀਬਨ ਐਦਾਂ ਹੀ ਹੁੰਦਾ ਅੱਛਾ ਇੱਥੇ ਤੱਕ ਪਹੁੰਚਦੇ ਹੀ ਉਹ ਲੋਕ ਨਹੀਂ ਜ਼ਿਆਦਾਤਰ ਤਕਰੀਬਨ ਤਕਰੀਬਨ ਸੂਸਾਈਡਲ ਪੇਸ਼ੈਂਟ ਜੇ ਟਾਈਮ ਸਿਰ ਆ ਜਾਂਦਾ ਹੈ ਤੇ ਉਹਦੀ ਕੰਡੀਸ਼ਨ ਰਿਵਰਸ ਹੁੰਦੀ ਹੋਈ ਹੈ ਹਮ ਮੇਰੇ ਕੋਲ ਤਕਰੀਬਨ ਬਹੁਤ ਪੇਸ਼ੈਂਟ ਦਾ ਆਦੇ ਆਂਦੇ ਨੇ ਜਿਹੜੇ ਸੀਵਰ ਡਿਪਰੈਸ਼ਨ ਦੇ ਵਿੱਚ ਹੁੰਦੇ ਨੇ ਜਾਂ ਕਿਸੇ ਹੋਰ ਮਾਨਸਿਕ ਬਿਮਾਰੀ ਕਰਕੇ ਸੂਸਾਈਡਲ ਹੁੰਦੇ ਨੇ ਤੇ ਦੇਖੋ ਡਿਪਰੈਸ਼ਨ ਦੇ ਵਿੱਚ ਜੇ ਤੁਹਾਨੂੰ ਸੀਵਰ ਡਿਪਰੈਸ਼ਨ ਹੋ ਜਾਂਦਾ ਤੁਸੀਂ ਇਹ ਸਮਝੋ ਵੀ ਸਾਡੀ ਅੱਖਾਂ ਅੱਗੇ ਇੱਕ ਪਰਦਾ ਪੈ ਜਾਂਦਾ ਸਾਨੂੰ ਰਿਐਲਿਟੀ ਨਾਲ ਦੇਖ ਕੇ ਵੀ ਸਾਨੂੰ ਰਿਐਲਿਟੀ ਦਿਸਨੀਰੀ ਹੁੰਦੀ ਹਮ ਮਤਲਬ ਮਰੀਜ਼ ਨੂੰ ਲੱਗਦਾ ਵੀ ਸਭ ਖਤਮ ਹੋ ਗਿਆ ਐ ਇਦਾਂ ਹੁੰਦਾ ਨਹੀਂ ਐ ਬਹੁਤ ਵਾਰ ਬਹੁਤ ਕੁਝ ਠੀਕ ਵੀ ਹੁੰਦਾ ਕੁਝ ਜਿਹਾ ਸਹੀ ਲਾਈਫ ਦੀ ਸਹੀ ਵੀ ਚੱਲ ਰਹੀ ਹੁੰਦੀ ਪਰ ਹੁਣ ਇਦਾਂ ਲੱਗਦਾ ਵੀ ਸਭ ਖਤਮ ਹੋ ਗਿਆ ਹੁਣ ਮੇਰੇ ਸਾਹਮਣੇ ਕੋਈ ਰਾਹ ਨਹੀਂ ਐ ਜਿਵੇਂ ਅਸੀਂ ਉਸ ਪੇਸ਼ੈਂਟ ਨੂੰ ਇਮੀਜিয়েਟਲੀ ਸਾਈਕੋਲੋਜੀਕਲ ਕਾਉਂਸਲਿੰਗ ਮੈਡੀਕਲ ਟਰੀਟਮੈਂਟ ਹੈਨਾ ਫੈਮਿਲੀ এনवायरमेंट ਵਾਸਤੇ ਫੈਮਿਲੀ ਦੀ ਸੈਂਸਿਟਾਈਜੇਸ਼ਨ ਜਿਹੜੀ ਆਪਾਂ ਗੱਲ ਕਰ ਰਹੇ ਜੀ ਉਸ ਮਰੀਜ਼ ਨੂੰ ਕਿਸ ਤਰ੍ਹਾਂ ਹੈਂਡਲ ਕਰਨਾ ਐ ਕਿਸ ਤਰ੍ਹਾਂ ਕੁਚਰ ਵਾਸਤੇ ਤੁਸੀਂ ਧਿਆਨ ਬਰਤਣਾ ਐ ਉਹ ਤਿੰਨੇ ਚੀਜ਼ਾਂ ਦੇ ਜਦ ਅਸੀਂ ਕੰਮ ਕਰਦੇ ਆ ਤਾਂ ਰਿਜ਼ਲਟਸ ਬਹੁਤ ਵਧੀਆ ਮਿਲਦੇ ਨੇ ਸਾਨੂੰ ਉਹ ਪੇਸ਼ੈਂਟ ਜਿਹੜਾ ਮੇਰੇ ਓਪੀਡੀ ਤੇ ਪਹਿਲੀ ਵਾਰ ਆ ਕੇ ਮੈਨੂੰ ਕਹਿੰਦਾ ਹੈ ਕਿ ਡਾਕਟਰ ਸਾਹਿਬ ਮੈਂ ਚਾਹੁੰਦਾ ਮੈਂ ਕੁਝ ਕਰ ਲਾਂ ਆਈ ਡੋਨਟ ਵਾਂਟ ਟੂ ਲਿਵ ਆਈ ਡੋਨਟ ਵਾਂਟ ਟੂ ਲਿਵ ਉਹ ਦੋ ਹਫ਼ਤੇ ਬਾਅਦ ਕੁਝ ਬਿਹਤਰ ਤੇ ਦੋ ਮਹੀਨੇ ਬਾਅਦ ਮੈਨੂੰ ਇਸੇ ਕੁਰਸੀ ਸਾਹਮਣੇ ਦੀ ਕੁਰਸੀ ਤੇ ਬਹਿ ਕੇ ਹਾਜ਼ਰ ਡਾਕਟਰ ਸਾਹਿਬ ਇਦਾਂ ਵੀ ਗੱਲਾਂ ਕਰਦਾ ਸੀ ਨਾ ਤੁਹਾਡੇ ਕੋਲ ਤੇ ਮੈਂ ਬਹੁਤ ਕਾਮਨਲੀ ਦੇਖਦਾ ਤੇ ਅਕਸਰ ਇੱਕ ਹੋਰ ਮਿਥ ਵੀ ਹੈ ਲੋਕਾਂ ਨੂੰ ਲੱਗਦਾ ਵੀ ਯਾਰ ਇਦਾਂ ਸੁਸਾਇਡ ਦਾ ਕਾਰਨ ਸੀ ਵੀ ਇਹਨੂੰ ਤਾਂ ਫਾਈਨੈਂਸ਼ੀਅਲ ਲਾਸ ਹੋ ਗਿਆ ਵੀ ਇਹਦਾ ਤਾਂ ਚਰੋ ਡਿਵੋਰਸ ਹੋ ਗਿਆ ਹਮ ਹਮ ਸੇਮ ਪੇਸ਼ੈਂਟ ਵੀ ਮੈਨੂੰ ਮੇਰੇ ਤੋਂ ਪੁੱਛਦਾ ਡਾਕਟਰ ਸਾਹਿਬ ਤੁਸੀਂ ਮੈਨੂੰ ਦਵਾਈ ਨਾਲ ਮੇਰਾ ਡਿਪਰੈਸ਼ਨ ਤਾਂ ਠੀਕ ਕਰ ਲੋਗੇ ਪਰ ਜਿਹੜੇ ਮੇਰੀ ਲਾਈਫ ਦੇ ਵਿੱਚ ਹੁਣ ਮੈਨੂੰ ਪੈਸਿਆਂ ਦਾ ਨੁਕਸਾਨ ਹੋ ਗਿਆ ਹੈ ਮੇਰਾ ਬਿਜ਼ਨਸ ਲਾਸ ਹੋ ਗਿਆ ਇਹ ਕਿਵੇਂ ਠੀਕ ਕਰ ਲੋਗੇ ਮੈਂ ਕਹਿੰਦਾ ਕੋਈ ਗੱਲ ਨਹੀਂ ਤੂੰ ਟਰੀਟਮੈਂਟ ਤਾਂ ਲੈ ਜਦ ਉਹ ਹੀ ਪੇਸ਼ੈਂਟ ਟਰੀਟਮੈਂਟ ਲੈਂਦਾ ਤੇ ਉਹਨੂੰ ਉਸ ਲਾਸ ਨੂੰ ਬਰਦਾਸ਼ਤ ਕਰਨ ਦੀ ਸ਼ਕਤੀ ਵੱਜ ਜਾਂਦੀ ਹੈ ਬਿਲਕੁਲ ਤੇ ਉਹਨੂੰ ਹੁਣ ਹੋਰ ਪੋਜ਼ਿਟਿਵ ਚੀਜ਼ ਆ ਗਿਆ ਸਿਰ ਕੋਈ ਗੱਲ ਨਹੀਂ ਇਹ ਹੋ ਗਿਆ ਆਪਾਂ ਇਹ ਕਰ ਲਾਂਗੇ ਇਹ ਸੋਚ ਆਣੀ ਸ਼ੁਰੂ ਹੋ ਜਾਂਦੀ ਤੇ ਉਹ ਕਹਿੰਦਾ ਵੀ ਡਾਕਟਰ ਸਾਹਿਬ ਹਾਲਾਤ ਤਾਂ ਸੇਮ ਰਹੇ ਪਰ ਮੇਰੀ ਸੋਚ ਬਦਲ ਗਈ ਹੂੰ ਇਸ ਕਰਕੇ ਆਮ ਤੌਰ ਤੇ ਸਹੀ ਟਰੀਟਮੈਂਟ ਸਹੀ ਟਾਈਮ ਤੇ ਲਿੱਤੇ ਜਾਣ ਨਾਲ ਸੁਸਾਈਡ ਦੀ ਟੈਂਡੈਂਸੀ ਬਹੁਤ ਹੱਦ ਤੱਕ ਕੰਟਰੋਲ ਕੀਤੀ ਜਾਂਦੀ ਹੈ ਯੰਗਸਟਰਸ ਜਿਹੜੇ ਤੁਹਾਡੇ ਕੋਲ ਆਉਂਦੇ ਨੇ ਡਿਪਰੈਸ਼ਨ ਦੇ ਵਿੱਚ ਹੁੰਦੇ ਆ ਜਾਂ ਹੋਰ ਮੈਂਟਲ ਡਿਸਆਰਡਰਸ ਜਾਂ ਅਲਨਸ ਹੁੰਦੀ ਹੈ ਆਮ ਤੌਰ ਤੇ ਉਹਨਾਂ ਦੀ ਕੀ ਕਾਰਨ ਹੁੰਦੇ ਨੇ ਇਸ ਸਟੇਟ ਦੇ ਵਿੱਚ ਆਉਣ ਦੇ ਦੇਖੋ ਯੰਗਸਟਰਸ ਦੇ ਵਿੱਚ ਅੱਜਕੱਲ ਦੇ ਤੌਰ ਤੇ ਮੈਂ ਆਬਵੀਅਸਲੀ ਬਾਇਓਲੋਜੀਕਲ ਤਾਂ ਜੈਨੇਟਿਕ ਫੈਕਟਰ ਇੱਕ ਹੈ ਹੀ ਹੈ ਦੂਜੇ ਜ ਦੋ ਵੱਡੇ ਕਾਰਨ ਜੇ ਤੁਸੀਂ ਇਸ ਏਜ ਗਰੁੱਪ ਦੀ ਗੱਲ ਕੀਤੀ ਹੈ ਤਾਂ ਮੈਂ ਅੱਜਕੱਲ ਜਿਹੜਾ ਦੇਖ ਰਿਹਾ ਉਹ ਹੈ ਇੱਕ ਤਾਂ ਡਰਗ ਯੂਜ਼ ਹਮ ਅੱਜਕੱਲ ਯੰਗਸਟਰਸ ਬਹੁਤ ਛੇਤੀ ਕੋਈ ਵੀ ਡਰਗ ਹੋ ਗਈ ਆ ਐਲਕੋਹਲ ਹੋ ਗਈ ਆ ਕੋਈ ਵੀ ਤਰ੍ਹਾਂ ਤਰ੍ਹਾਂ ਦੀ ਜਿਹੜੀ ਡਰਗਸ ਨੇ ਉਹਨੂੰ ਵਰਤਨ ਥੋੜਾ ਅੱਜ ਕੱਲ੍ਹ ਜੰਗ ਸਰ ਦੇ ਐਕਸਪੈਰੀਮੈਂਟਿੰਗ ਨੇਚਰ ਹੁੰਦੀ ਆ ਕਾਲਜ ਲਾਈਫ ਤੋਂ ਨਿਕਲੇ ਹੁੰਦੇ ਨੇ ਉਹ ਇੱਕ ਕਾਰਨ ਹੈ ਜਿਹੜਾ ਉਹਨਾਂ ਨੂੰ ਇੱਥੇ ਖਿੱਚਦਾ ਦੂਜਾ ਰਿਲੇਸ਼ਨਸ਼ਿਪ ਇਸ਼ੂਜ਼ ਅੱਜ ਕੱਲ੍ਹ ਮੈਂ ਦੇਖ ਰਿਹਾ ਬਹੁਤ ਵੱਡਾ ਕਾਰਨ ਮੇਰੇ ਸਾਹਮਣੇ ਆਉਂਦਾ ਹੈ ਕਿ ਉਹ ਰਿਲੇਸ਼ਨਸ਼ਿਪ ਇਸ਼ੂਜ਼ ਦੇ ਵਿੱਚ ਬ੍ਰੇਕਅਪ ਹੋਇਆ ਜਾਂ ਕਿਸੇ ਨਾਲ ਕਿਸੇ ਨੂੰ ਕਿਸੇ ਨੇ ਕੁਝ ਕਰਤਾ ਉਹਦੇ ਨਾਲ ਫਿਰ ਉਹ ਉਹਨੂੰ ਬਰਦਾਸ਼ਤ ਨਹੀਂ ਹੋਇਆ ਜਿੱਤਾਂ ਜਿਹੜਾ ਮੈਨੂੰ ਲੱਗਦਾ ਇਸ ਏਜ ਦੇ ਵਿੱਚ ਕਾਰਨ ਹੈ ਉਹ ਹੈ ਪ੍ਰੈਸ਼ਰ ਪ੍ਰੈਸ਼ਰ ਸਮਾਜ ਵੱਲੋਂ ਮਾਪਿਆਂ ਵੱਲੋਂ ਸੋਸਾਇਟੀ ਵੱਲੋਂ ਕੁਝ ਕਰਕੇ ਦਿਖਾਉਂਦਾ ਸੋਸ਼ਲ ਮੀਡੀਆ ਪ੍ਰੈਸ਼ਰ ਸੋਸ਼ਲ ਮੀਡੀਆ ਤੋਂ ਕੁਝ ਕਰਕੇ ਦਿਖਾਉਂਦਾ ਉਹ ਇੰਨਾ ਕੁਝ ਕਰੀ ਜਾਂਦਾ ਤੂੰ ਕੁਝ ਨਹੀਂ ਕਰਦਾ ਹੈ ਤੂੰ ਕਿ ਤੇਰਾ ਕੀ ਬਣੂਗਾ ਤੇਰਾ ਕੀ ਹੋਊਗਾ ਹੈ ਨਾ ਉਹ ਸਾਰਾ ਪ੍ਰੈਸ਼ਰ ਉਹਦੇ ਪਿੱਛੇ ਇੰਨਾ ਜ਼ਿਆਦਾ ਉਹਦੇ ਉੱਤੇ ਅਸੀਂ ਕਈ ਵਾਰ ਇਹ ਨਹੀਂ ਸੋਚਦੇ ਵੀ ਉਹ ਵੀ ਹੋ ਸਕਦਾ ਹੈ ਕਿਸੇ इमोशनल ਸਟੇਟ ਤੋਂ ਗੁਜ਼ਰ ਰਿਹਾ ਹੋਏ ਅਸੀਂ ਅਕਸਰ ਟੌਂਟ ਕੱਸ ਦਿੰਦੇ ਆ ਜਾਂ ਉਹਨੂੰ ਇਸ ਤਰ੍ਹਾਂ ਟ੍ਰੀਟ ਕਰਦੇ ਆ ਉਹ ਇੱਕ ਇਹ ਤਿੰਨ ਕਾਰਨ ਕਰਕੇ ਯੰਗਸਟਰ ਜਿਆਦਾ ਮੈਂ ਦੇਖ ਰਿਹਾ ਕਿ ਮਾਨਸਿਕ ਬਿਮਾਰੀ ਭਾਵੇਂ ਐਂਗਜ਼ਾਇਟੀ ਡਿਸਆਰਡਰ ਹੈ ਡਿਪਰੈਸ਼ਨ ਹੈ ਪੈਨਿਕ ਡਿਸਆਰਡਰ ਹੈ ਮਾਈਗਰੇਨ ਸਲੀਪ ਡਿਸਆਰਡਰ ਹੈ ਐਲਕੋਹੋਲਿਜ਼ਮਸ ਹੈ ਇਹਨਾਂ ਦੇ ਵਿੱਚ ਜਿਆਦਾ ਜਾ ਰਹੇ ਨੇ ਤੇ ਇਹੀ ਸਵਾਲ ਜੇ ਮੈਂ ਬਜ਼ੁਰਗਾਂ ਲਈ ਦੇਖੋ ਬਜ਼ੁਰਗਾਂ ਲਈ अगेन ਮੈਂ ਤੁਹਾਨੂੰ ਕਹਿ ਰਿਹਾ ਕਿ ਦੇਖੋ ਬਾਇਓਲੋਜੀਕਲ ਫੈਕਟਰ ਤਾਂ ਆਪਾਂ ਮੰਨਦੇ ਹੀ ਆਂ ਤੂਚਾ ਕਾਰਨ ਅੱਜ ਕੱਲ ਮੈਂ ਦੇਖ ਰਿਹਾ ਜਿਹੜਾ ਸਾਡਾ ਇੱਕ ਹੁਣ ਫ੍ਰੈਕਚਰ ਜਾਂ ਨੁਕਲੀਅਰ ਫੈਮਿਲੀ ਦਾ ਜਿਹੜਾ ਕਨਸੈਪਟ ਹੋਇਆ ਉਸ ਤੋਂ ਬਾਅਦ ਜਿਹੜਾ ਅੱਜ ਕੱਲ ਲੋਨਲੀ ਲੈਸ ਜਿਹਾ ਫੈਕਟਰ ਕਾਫੀ ਜੀ ਆਮ ਤੌਰ ਤੇ ਹੋ ਗਿਆ ਬੱਚੇ ਬਾਹਰ ਨੇ ਬੱਚੇ ਫੋਰਨ ਕੰਟਰੀ ਨੇ ਜਾਂ ਬੱਚੇ ਕਿਤੇ ਦੂਰ ਨੇ ਉਹਨਾਂ ਨੂੰ ਮਿਲਣ ਦਾ ਨਹੀਂ ਹੁੰਦਾ ਦੂਜਾ ਹੁਣ ਪੈਣਾ ਇਨੀ ਸੋਸ਼ਲ ਕੋਹੀਸਿਵਨੈਸ ਨਹੀਂ ਰਹੀ ਵੀ ਵੀ ਸਾਰੇ ਇਕੱਠੇ ਬੈਠ ਜਾਂਦੇ ਸੀ ਹੁਣ ਚਲੋ ਰਿਸ਼ਤੇਦਾਰੀਆਂ ਦੇ ਵਿੱਚ ਦੂਈਆਂ ਆ ਗਈਆਂ ਨੇ ਲੋਕੀ ਇੱਕ ਦੂਜੇ ਨਾਲ ਸਾਂਝਾ ਘਟ ਕਰਦੇ ਨੇ ਤੀਜਾ ਹੁਣ ਬਿਮਾਰੀਆਂ ਇਦਾਂ ਵੀ ਹੁਣ ਕਿਸ ਨੂੰ ਸ਼ੂਗਰ ਦੀ ਬਿਮਾਰੀ ਹੈ ਕਿਸ ਨੂੰ ਗੋਡਿਆਂ ਦੀ ਆਰਥਰਾਈਟਿਸ ਬਿਮਾਰੀ ਹੈ ਉਹ ਪੇਨਸ ਨੇ ਉਹਨਾਂ ਨੂੰ ਕੋਈ ਨਾ ਕੋਈ ਕ੍ਰੋਨਿਕ ਬਿਮਾਰੀ ਹੈ ਜਿੱਦੇ ਕਰਕੇ ਉਹ ਪਰੇਸ਼ਾਨ ਹੁੰਦੇ ਨੇ ਤੇ ਇਹ ਕਈ ਕਾਰਨਾ ਕਰਕੇ ਮੈਂ ਦੇਖਦਾ ਤੇ ਇੱਕ ਇੰਪੋਰਟੈਂਟ ਗੱਲ ਜਿਹੜੀ ਤੁਸੀਂ ਹੋਰ ਵੀ ਰਿਟਾਇਰਮੈਂਟ ਪਲੈਨਿੰਗ ਦਾ ਕਨਸੈਪਟ ਸਾਡੇ ਦੇਸ਼ 'ਚ ਹੈ ਨਹੀਂ ਸਾਡੇ ਦੇਸ਼ ਆਪਾਂ ਇਹ ਸੋਚ ਹਾਲ ਤੱਕ ਸੀ ਉਲਟਾ ਸੋਚਦੇ ਆ ਵੀ ਜਦੋਂ ਰਿਟਾਇਰ ਹੋਵਾਂਗਾ ਤਾਂ ਬਸ ਰਿਲੈਕਸ ਕਰਾਂਗੇ ਚਲਕਿ ਇਦਾਂ ਹੁੰਦਾ ਨਹੀਂ ਤੁਸੀਂ ਰਿਟਾਇਰ ਕਰਦੇ ਹੋ ਤੁਹਾਨੂੰ ਕੋਈ ਇੱਕ ਦਿਨ ਦਾ ਅਗਲੇ ਦਿਨ ਤੁਹਾਡੀ ਸੋਚ ਨਹੀਂ ਬਦਲ ਜਾਂਦੀ ਉਹ ਫਿਰ ਮੈਂ ਅਕਸਰ ਦੇਖਦਾ 올ਡ এজ ਦੇ ਵਿੱਚ ਰਿਟਾਇਰ ਹੋਣ ਦੇ 3 4 5 6 ਮਹੀਨੇ ਬਾਅਦ ਪੇਸ਼ੈਂਟ ਰਿਪਲੇਸਮੈਂਟਸ ਚ ਚਲਾ ਜਾਂਦਾ ਹੈ ਹਾਂ ਇਹ ਮੈਂ ਅਕਸਰ ਕਾਰਨ ਦੇਖਦਾ ਕਈ ਮਰੀਜ਼ਾਂ ਦੀ ਕਈ ਪੇਸ਼ੈਂਟਸ ਦੀ ਇਹ ਵੀ ਕਿਉਰੀ ਸੀ ਕਿ ਕਈ ਵਾਰ ਜਿਹੜੀ ਜਾਂਚ ਪ੍ਰਣਾਲੀ ਹੁੰਦੀ ਹੈ ਜਿਹੜਾ ਚੈੱਕਅਪ ਹੁੰਦਾ ਉਹ ਸ਼ੁਰੂਆਤੀ ਜਾਂਚ ਹੀ ਗਲਤ ਹੁੰਦੀ ਹੈ ਨਤੀਜੇ ਵਜੋਂ ਜਿਹੜਾ ਲਾਈਨ ਆਫ ਟਰੀਟਮੈਂਟ ਹੁੰਦਾ ਉਹ ਅਲੱਗ ਹੋ ਜਾਂਦਾ ਇਹਦੇ ਚ ਕਿੰਨੀ ਕੀ ਸੱਚਾਈ ਹੈ ਤਿੱਕੋ ਇਹ ਤਾਂ ਮੈਂ ਜਨਰਲ ਤੌਰ ਤੇ ਤਾਂ ਨਹੀਂ ਕਹਿ ਸਕਦਾ ਹਮ ਲੇਕਿਨ ਮੈਂ ਇਨਾ ਕਹ ਦੱਸ ਸਕਦਾ ਵੀ ਜੇ ਪ੍ਰੋਪਰ ਤਰੀਕੇ ਨਾਲ ਜਾਂਚ ਨੂੰ ਆਪਾਂ ਕਿਵੇਂ ਕਰ ਸਕਦੇ ਹਾਂ ਨਾ ਪ੍ਰੋਪਰ ਤਰੀਕੇ ਨਾਲ ਜਾਂਚ ਦੇ ਵਿੱਚ ਸਾਈਕਾਟ੍ਰਿਸ ਨਾਲ ਅਸੈਸਮੈਂਟ ਹਮ ਤੇ ਜ਼ਰੂਰੀ ਨਹੀਂ ਹਰ ਮਰੀਜ਼ ਦੇ ਵਿੱਚ ਪਰ ਕੁਝ ਪੇਸ਼ੈਂਟਸ ਦੇ ਵਿੱਚ ਸਾਈਕੋਲੋਜੀਕਲ ਅਸੈਸਮੈਂਟ ਜਿੰਦੇ ਵਿੱਚ ਸਾਈਕੋਲੋਜੀਕਲ ਕੂਲਸ ਨੇ ਸਾਡੇ ਕੋਲ ਕੁਐਸਚਨ ਹੈ ਸਟੂਨਸ ਨੇ ਸਾਡੇ ਕੋਲ ਸਾਈਕੋਲੋਜੀਕਲ ਟੈਸਟ ਨੇ ਉਹਨਾਂ ਦੀ ਫਿਰ ਇੱਕ ਰਿਪੋਰਟ ਤਿਆਰ ਹੁੰਦੀ ਹੈ ਤੀਜਾ ਕਿਸੇ ਪੇਸ਼ੈਂਟ ਦੇ ਵੀ ਸਾਨੂੰ ਕੋਈ ਬਲੱਡ ਸੈਂਪਲ ਦੀ ਲੋੜ ਹੈ ਤਾਂ ਇਹ ਜਿਹੜੀ ਜਾਂਚ ਹੈ ਇਹ ਤਿੰਨ ਪੱਖੋਂ ਮੈਡੀਕਲ ਤੌਰ ਤੇ ਇੱਕ ਅਸੈਸਮੈਂਟ ਜੋ ਸਾਈਕਾਇਟ੍ਰਿਸ ਨੇ ਕੀਤੀ ਫਿਰ ਕੁਝ ਡਿਟੇਲਡ ਫੈਮਿਲੀ ਬੈਕਗ੍ਰਾਉਂਡ ਡਾਇਨਾਮਿਕਸ ਡਿਟੇਲ ਹਿਸਟਰੀ ਪਰਸਨੈਲਿਟੀ ઓਅ ਅਸੈਸਮੈਂਟ ਸਾਈਕੋਲੋਜੀ ਵੱਲੋਂ ਫਿਰ ਮੈਡੀਕਲ ਜਾਂਚ ਲੈਬਾਰਟਰੀ ਜਿਵੇਂ ਹੋਈ ਉਹਦੇ ਵੱਲੋਂ ਇਹਦੇ ਕਰਕੇ ਇੱਕ ਡਾਇਗਨੋਸਿਸ ਫਾਰਮ ਹੁੰਦਾ ਤੇ ਆਈ ਥਿੰਕ ਜੇ ਇਹ ਤਰੀਕੇ ਨਾਲ ਜਾਂਚ ਕੀਤੀ ਜਾਏਗੀ ਤਾਂ ਉਹ ਬਿਲਕੁਲ ਠੀਕ ਹੈ ਸਭ ਤੋਂ ਆਮ ਮੈਂਟਲ ਇਲਨਸ ਜਿਹਦੀ ਤੁਸੀਂ ਗੱਲ ਕੀਤੀ ਯੰਗਸਟਰਸ ਦੇ ਵਿੱਚ ਜਾਂ ਮਿਡਲ ਏਜ ਦੇ ਵਿੱਚ ਵੀ ਐਲਡਰਲੀ ਦੇ ਵਿੱਚ ਵੀ ਡਿਪਰੈਸ਼ਨ ਇਹਦੇ ਕੀ ਆਮ ਲੱਛਣ ਹੈ ਤੇ ਕਦੋਂ ਫਿਕਰ ਕਰਨ ਦੀ ਲੋੜ ਹੈ ਆਪ ਕੋ ਗਰੰਟਡ ਲੈ ਸਕਦੇ ਆ ਉਹਨੂੰ ਕਿੰਨੀ ਕੁ ਦੇਰ ਤੱਕ ਦੇਖੋ ਜੀ ਹੁਣ ਲੋਕੀ ਮੈਨੂੰ ਕਹਿੰਦੇ ਵੀ ਉਦਾਸੀ ਤਾਂ ਉਦਾਸਤਾ ਮੰਦਾ ਕਦ ਨਾ ਕਦੇ ਹਰ ਬੰਦਾ ਹੀ ਹੁੰਦਾ ਹ ਹ ਦੇਖੋ ਉਦਾਸੀ ਤੇ ਡਿਪਰੈਸ਼ਨ ਦੇ ਵਿੱਚ ਫਰਕ ਹੈ ਤੇ ਤੁਸੀਂ ਬਿਲਕੁਲ ਸਹੀ ਸਵਾਲ ਪੁੱਛਿਆ ਮੈਂ ਤੁਹਾਨੂੰ ਉਹਦੇ ਚਾਰ ਪੰਜ ਜਿਹੜੇ ਇੰਪੋਰਟੈਂਟ ਸਿੰਪਟਮਸ ਨੇ ਦੱਸੂਗਾ ਤੇ ਇੰਪੋਰਟੈਂਟ ਇਜ਼ ਆਫ ਡਿਊਰੇਸ਼ਨ ਤੁਸੀਂ ਕਿਹਾ ਵੀ ਕਦੋਂ ਸਾਨੂੰ ਫਿਕਰ ਦੀ ਲੋੜ ਹੈ ਅਸੀਂ 2 ਵੀਕਸ ਦਾ ਟਾਈਮ ਲੈ ਕੇ ਚੱਲਦੇ ਹ ਹ ਕਿਸੇ ਵੀ ਚੀਜ਼ ਤੋਂ ਡਾਇਗਨੋਸਿਸ ਡਿਪਰੈਸ਼ਨ ਤੋਂ ਡਾਇਗਨੋਸਿਸ ਵਾਸਤੇ ਦੋ ਹਫ਼ਤੇ ਤੱਕ ਉਹਨ ਸਿੰਪਟਮਸ ਦਾ ਕੰਟੀਨਿਊਸਲੀ ਪ੍ਰੈਜ਼ੈਂਟ ਹੋਣਾ ਜ਼ਰੂਰੀ ਹੈ ਸਭ ਤੋਂ ਪਹਿਲਾ ਸਿੰਪਟਮਸ ਸੈਡਨੈਸ ਜਿੰਨ ਬੋਦਸੀ ਕਹਿੰਦੇ ਆ ਪਰ ਉਹ ਸੈਡਨੈਸ ਇਹ ਨਹੀਂ ਮੈਂ ਤਾਂ ਕੰਮ ਤੇ ਉਦਾਸ ਆ ਘਰੇ ਖੁਸ਼ ਹੂੰ ਸੈਡਨੈਸ ਜਿਹੜੀ ਪਰਸਿਸਟੈਂਟ ਹੈ ਤੇ ਪਰਵੇਸਿਵ ਹੈ ਕਹਿੰਦਾ ਮਕਸਦ ਹੈ ਜਿਹੜੀ ਕੰਟੀਨਿਊਸ ਰਹਿੰਦੀ ਹੈ ਜਿਹੜੀ ਜਾ ਨਹੀਂ ਰਹੀ ਜਿਹੜੀ ਜਾ ਨਹੀਂ ਰਹੀ ਜਿਹੜੀ ਹਰ ਥਾਂ ਤੇ ਹੈ ਹੂੰ ਦੂਜਾ ਜਿੰਨ ਚੀਜ਼ ਵਿੱਚ ਪਹਿਲਾਂ ਇੰਟਰਸਟ ਸੀ ਜਿਹੜੀ ਚੀਜ਼ਾਂ ਸੀ ਪਹਿਲਾਂ ਇੰਜੋਏ ਕਰਦੇ ਸੀ ਉਹਨਾਂ 'ਚ ਵੀ ਇੰਟਰਸਟ ਘਟਣਾ ਹੂੰ ਸਾਨੂੰ ਇੰਜੋਏਮੈਂਟ ਦੇ ਵਿੱਚ ਕੋਈ ਕੁਛ ক্রিকেট ਦੇਖਦਾ ਸੀ ਕੋਈ ਅਖਬਾਰ ਪੜ੍ਹਦਾ ਸੀ ਕਿਸੇ ਨੂੰ ਸ਼ਾਪਿੰਗ ਪਰਸਨ ਸੀ ਕੁਂ ਕਦੇ ਰੈਂਡ ਦੇ ਅਰਜੀ ਨਹੀਂ ਕਰਦਾ ਹੂੰ ਇਹ ਸਬ ਇਹਦੇ ਨਾਲ ਸਾਨੂੰ ਇਮੀਡੀਏਟਲੀ ਇਹ ਹਿੰਟ ਮਿਲ ਜਾਂਦਾ ਵੀ ਨਾ ਦਿਸ ਇਹ ਆਮ ਉਦਾਸੀ ਨਹੀਂ ਹੈ ਇਹ ਤਾਂ ਆਮ ਉਦਾਸੀ ਵਿੱਚ ਸਾਨੂੰ ਸਾਡੇ ਮਨ ਦਾ ਕਰਨ ਨੂੰ ਮਿਲ ਜੇ ਤਾਂ ਉਦਾਸੀ ਚਲੀ ਜਾਂਦੀ ਹੈ ਬਿਲਕੁਲ ਇਹਦੇ ਦੂਜੀ ਜਦ ਸਾਨੂੰ ਉਹ ਚੀਜ਼ ਪਸੰਦ ਨਹੀਂ ਆ ਰਹੀ ਤੀਜੇ ਸਾਡੇ ਸਰੀਰਿਕ ਲੱਛਣ ਸਰੀ ਤੱਕਿਆ ਤੱਕਿਆ ਟੁੱਟੇ ਟੁੱਟੇ ਰਹਿਣਾ ਕੋਈ ਬਿਮਾਰੀ ਨਹੀਂ ਕੋਈ ਟੈਸਟ ਕੁਝ ਕੁਝ ਆ ਨਹੀਂ ਰਿਹਾ ਲੇਕਿਨ ਉੱਠਣ ਦਾ ਜੀ ਨਹੀਂ ਕਰਦਾ ਸਵੇਰੇ ਉੱਠ ਕੇ ਨਿਕਲ ਜਾ ਕੰਮ ਇੱਥੋਂ ਜਾ ਕੇ ਥੋੜਾ ਜਿਹਾ ਸਾਹਮਣੇ ਮਾਰਕੀਟ ਤੋਂ ਕੋਈ ਸਮਾਨ ਫੜ ਕੇ ਨੇ ਆਉਣ ਦਾ ਲੱਗਦਾ ਹਾਏ ਮੈਂ ਕੋਣ ਜਾਣਾ ਪੈਣਾ ਨਿੱਕਾ ਜਿਹਾ ਕੰਮ ਬਹੁਤ ਵੱਡਾ ਲੱਗਣਾ ਸ਼ੁਰੂ ਹੋ ਜਾਂਦਾ ਹੈ ਆਪਣੇ ਆਪ ਤੇ ਆਤਮ ਵਿਸ਼ਵਾਸ ਦੀ ਕਮੀ ਇੱਕ ਫਿਊਚਰ ਵੱਲ ਨੂੰ ਹੋਪਲੈਸਨੈਸ ਦੀ ਫੀਲਿੰਗ ਯਾਰ ਕੀ ਐ ਕੁਝ ਨਹੀਂ ਹੈ ਇਹ 네ਗੇਟਿਵਿਟੀ ਫਿਰ ਓਬਵੀਅਸਲੀ ਸਭ ਤੋਂ ਰਿਸਕ ਜਦ ਸਾਨੂੰ ਇਦਾਂ ਦੇ ਵਿਚਾਰ ਆਣ ਲੱਗ ਜਾਂਦੇ ਯਾਰ ਜ਼ਿੰਦਗੀ ਦਾ ਕੀ ਫਾਇਦਾ ਹੈ ਜ਼ਿੰਦਗੀ ਦਾ ਕੋਈ ਫਾਇਦਾ ਨਹੀਂ ਕਿਉਂਕਿ ਇਹੀ ਵਿਚਾਰ ਫਿਰ ਬੈਂਚ ਬੇਸਿਸ ਬਣਨਗੇ ਸੁਸਾਈਡਲ ਥਾਟਸ ਤੇ ਇਥੇ ਸਾਨੂੰ ਕੌਨਸ਼ੀਅਸ ਹੋ ਜਾਣਾ ਜ਼ਰੂਰੀ ਹੈ ਅਸੀਂ ਯੰਗਸਟਰਸ ਦੀ ਗੱਲ ਕਰ ਰਹੇ ਹਾਂ ਕਿ ਪੇਰੈਂਟਸ ਦੇਖਦੇ ਨੇ ਵੀਰ ਇੱਕ ਕਟਿਆ-ਕਟਿਆ ਹੀ ਰਹਿਣਾ ਸ਼ੁਰੂ ਹੋ ਗਿਆ ਹੈ ਗੱਲਬਾਤ ਘਟ ਗਈ ਹੈ ਆਪਣੇ ਆਪ ਨੂੰ ਰੂਮ 'ਚ ਬੰਦ ਕਰ ਰਿਹਾ ਹੈ ਤੇ ਅਕੈਡੈਮਿਕ ਸੱਡਨਲੀ ਡਾਊਨ ਹੋ ਗਏ ਹੈ ਬੱਚਾ ਲਾਇਕਸੀ ਸੱਡਨਲੀ ਨੰਬਰਾਂ ਨੇ ਬੰਦ ਹੋ ਗਏ ਹੈ ਸੱਡਨਲੀ ਗੱਲਬਾਤ ਕਰਨੀ ਬੰਦ ਹੋ ਗਿਆ ਹੈ ਸੱਡਨਲੀ ਦੋਸਤਾਂ ਨਾਲ ਕੋਲਣਾ ਮਿਲਣਾ ਬੰਦ ਹੋ ਗਿਆ ਹੈ ਇਹ ਸਾਰੀਆਂ ਚੀਜ਼ਾਂ ਸਾਨੂੰ ਪੁਆਇੰਟ ਆਊਟ ਕਰਦੀਆਂ ਕਿ ਕਿਤੇ ਨਾ ਕਿਤੇ ਕੋਈ ਨਾ ਕੋਈ ਪ੍ਰੋਬਲਮ ਹੈ ਤੇ ਵੀ ਸ਼ੁੱਡ ਕੰਸਲਟ ਅ ਸਪੈਸ਼ਲਿਸਟ ਨੀਂਦ ਨਹੀਂ ਆਉਣਾ ਇਹ ਵੀ ਬੜਾ ਆਮ ਜਿਹਾ ਸਟੇਟਮੈਂਟ ਹੈ ਅਫਸਰ ਸੋਣ ਬਹੁਤ ਬਹੁਤ ਕਾਮਨ ਬਿਲਕੁਲ ਤੁਸੀਂ ਕਹਿੰਦੇ ਆ ਅਬਜ਼ਰਵ ਵੀ ਕਹਿ ਦਿੰਦੇ ਆ ਨੀਂਦ ਨਾ ਨਾ ਜਾਂ ਨੀਂਦ ਜ਼ਰੂਰ ਤੋਂ ਜ਼ਿਆਦਾ ਆਣਾ ਦੋਨੇ ਲੱਛਣ ਨੇ ਤੇ ਇਹ ਵੀ ਅ ਸਾਈਨ ਆਫ ਇਲਨਸ ਯੈਸ ਇਹ ਇਟ ਕੁਡ ਹਵ ਆਲਸੋ ਬੀ ਅ ਸਾਈਨ ਆਫ ਇਲਨਸ ਇਹ ਵੀ ਇੱਕ ਰੀਜ਼ਨ ਹੋ ਸਕਦਾ ਹੈ ਨੀਂਦ ਨਾ ਨਾ ਅਕਸਰ ਐਂਗਜ਼ਾਈਟੀ ਡਿਸਆਰਡਰ ਜਾਂ ਹੋਰ ਮਾਨਸਿਕ ਦੇ ਕਾਰਨ ਵੀ ਹੋ ਸਕਦਾ ਹੈ ਜਾਂ ਕੋਈ ਹੋਰ ਮੈਡੀਕਲ ਇਲਨਸ ਕਰਕੇ ਵੀ ਹੋ ਸਕਦਾ ਹੈ ਬਟ ਆਮ ਤੌਰ ਤੇ ਨੀਂਦ ਨਾ ਆਣਾ ਡਿਪਰੈਸ਼ਨ ਦਾ ਬਹੁਤ ਕਾਮਨ ਸਿੰਪਟਮ ਹੈ ਜੀ ਰਾਤ ਨੂੰ ਦਿਮਾਗ ਸੋਚੀ ਜਾਂਦਾ ਹੈ ਜਾਂ ਸਵੇਰੇ 3 ਘੰਟੇ ਪਹਿਲਾਂ ਜਾਂ 2 ਘੰਟੇ ਪਹਿਲਾਂ ਨੀਂਦ ਖੁੱਲ ਗਈ ਉਹ ਉੱਡਦੇ ਸੀ 6 ਵਜੇ 4 ਵਜੇ ਉੱਠ ਕੇ ਬਹਿ ਗਏ ਦਿਮਾਗ ਫਿਰ ਸੋਚੀ ਜਾਂਦਾ ਹੈ ਬਹੁਤ ਕਾਮਨ ਸੈਂਪਲ ਅੱਛਾ ਸਰ ਤੁਸੀਂ ਕੀ ਖਾ ਰਹੇ ਹਾਂ ਇਹ ਇਹ ਕਿੰਨਾ ਕੁ ਪ੍ਰਭਾਵਿਤ ਕਰਦਾ ਹੈ ਸਾਡੀ ਮਾਨਸਿਕ ਸਿਹਤ ਨੂੰ ਜਾਂ ਕਿਸੇ ਰੋਗ ਨੂੰ ਦੇਖੋ ਇੱਕ ਜਰਨਲ ਸਾਡਾ ਬੈਲੈਂਸਡ ਡਾਈਟ ਐਕਸਾਈ ਇੱਕ ਜਰਨਲ ਚਾਹ ਉਹ ਮਾਨਸਿਕ ਹੋਵੇ ਚਾਹੇ ਸਰੀਰੀ ਕੋਈ ਇੱਕ ਬੈਲੈਂਸਡ ਡਾਈਟ ਸਾਡੇ ਅੰਦਰ ਏਸੈਂਸ਼ੀਅਲ ਵਿਟਾਮਿਨਸ ਤੇ ਨਿਊਟ੍ਰੀਐਂਟਸ ਦਿੰਦੀ ਹੈ ਉਹ ਜੇ ਇੱਕ ਬੰਦਾ ਬੈਲੈਂਸਡ ਡਾਈਟ ਲੈ ਰਿਹਾ ਤਾਂ ਉਹ ਜਨਰਲ ਤੌਰ ਤੇ ਇੱਕ ਹੈਲਦੀ ਲਾਈਫਸਟਾਈਲ ਦੇ ਵਿੱਚ ਇਹਨੂੰ ਕਾਊਂਟ ਕਰਦੇ ਆ ਪਰ ਮੈਂ ਇਹ ਨਹੀਂ ਕਹੂੰਗਾ ਵੀ ਹਾਂ ਵੀ ਇਹ ਪਦਾਰਥ ਖਾਣ ਨਾਲ ਤੁਹਾਨੂੰ ਡਿਪਰੈਸ਼ਨ ਨਹੀਂ ਹੋਊਗਾ ਜਾਂ ਇਹਦੇ ਨਾਲ ਇਹ ਦਾ ਇਹਦਾ ਸਿਰਫ ਫੂਡ ਫੈਟਸ ਨੇ ਇਹ ਦਾ ਸਿਰਫ ਮਿਥ ਨੇ ਜਿਹੜੀ ਮੈਂ ਆਨਲਾਈਨ ਦੇਖਦਾ ਵੀ ਇਹ ਖਾ ਲੋ ਇਹ ਸ਼ੇਕ ਪੀ ਲੋ ਉਹ ਕਹਿੰਦੇ ਉਹਦੇ ਨਾਲ ਲੇਕਿਨ ਕੁਝ ਚੀਜ਼ਾਂ ਨਹੀਂ ਖਾਣ ਕਰਕੇ ਤੁਸੀਂ ਬਚ ਸਕਦੇ ਹੋ ਜਿਵੇਂ ਹੋਗੇ ਨਸ਼ੇ ਜਾਂ ਐਲਕੋਹਲ ਹੋ ਗਿਆ ਜਾਂ ਡਰੱਗਸ ਹੋ ਗਈ ਵੀਡ ਨੇ ਜਾਂ ਆਮ ਨਸ਼ੇ ਇਹਨਾਂ ਦੇ ਖਾਣ ਪੀਣ ਨਾਲ ਤੁਹਾਨੂੰ ਡੈਫੀਨਿਟਲੀ ਡਿਪਰੈਸ਼ਨ ਹੋ ਸਕਦਾ ਤੇ ਇਹ ਤੁਸੀਂ ਨਾ ਖਾਓ ਹਾਂ ਕਿਸੇ ਵੀ ਚੀਜ਼ ਜਨਰਲ ਆਪਣੇ ਖਾਣ ਪੀਣ ਦੇ ਵਿੱਚ ਫਰੂਟਸ ਫ੍ਰਿਜ ਆਪਣੀ ਹਰੀ ਸਬਜ਼ੀਆਂ ਇਹ ਸਭ ਚੀਜ਼ਾਂ ਸਾਨੂੰ ਜਨਰਲ ਤੌਰ ਤੇ ਤੇ ਹੈਲਦੀ ਮੈਂਟਲ ਤੇ ਫਿਜ਼ੀਕਲ ਤੌਰ ਤੇ ਚੀਜ਼ਾਂ ਨੂੰ ਬੈਟਰ ਕਰਦੀਆਂ ਨੇ ਤਾਂ ਇਹਨੂੰ ਆਪਾਂ ਕੰਟਰੋਲ ਕਰਕੇ ਰੱਖਣਾ ਹੈ ਵਿਟਾਮਿਨਸ ਲੈਣੇ ਸਿਰ ਜ਼ਰੂਰੀ ਨਹੀਂ ਦੇਖੋ ਵਿਟਾਮਿਨਸ ਸਾਡੀ ਖੁਰਾਕ ਦੇ ਵਿੱਚ ਵੀ ਸਾਨੂੰ ਮਿਲਦੇ ਨੇ ਹੂੰ ਪਰ ਜੇ ਸਾਡੀ ਖੁਰਾਕ ਬੈਲੈਂਸਡ ਨਹੀਂ ਹੈ ਜਿਵੇਂ ਆਪਕੋ ਜੇ ਤੁਸੀਂ ਵਿਟਾਮਿਨ ਦੀ ਗੱਲ ਕੀਤੀ ਉਹਦੇ ਵਿੱਚ ਕਾਮਨ ਜੇ ਆਪਾਂ ਦੇਖਦੇ ਆਂ ਵਿਟਾਮਿਨ ਡੀ ਹੈ ਨਾ ਡੀ3 ਉਹਨ ਸਾਰਿਆਂ ਚੋਂ ਘਾਟ ਹੈ ਕਿਉਂਕਿ ਵੈਸੇ ਤਾਂ ਸਾਨੂੰ ਸੂਰਜ ਵੱਲੋਂ ਮਿਲਦਾ ਹੀ ਹੈ ਹਮ ਲੇਕਿਨ ਅਸੀਂ ਸੂਰਜ ਚੋਂ ਨਿਕਲਦੇ ਹੀ ਨਹੀਂ ਹੈ ਨਾ ਸਾਰੇ ਲੋਕ ਆਓ ਇੰਡੋਰ ਰਹਿੰਦੇ ਨੇ ਹੁਣ ਕੋਈ ਧੁੱਪ ਚ ਜਾ ਕੇ ਰਾਜੀ ਨਹੀਂ ਹੈ ਕੋਈ ਬਾਹਰ ਕੰਮ ਕਰਕੇ ਰਾਜੀ ਨਹੀਂ ਹੈ ਫਿਰ ਜਿਸ ਅਸੀਂ ਨੈਚੁਰਲ ਤੌਰ ਤੇ ਲੈ ਰਹੇ ਫਿਰ ਸਾਨੂੰ ਉਹ ਲੈਣੇ ਅਸੈਂਸ਼ੀਅਲ ਹੋ ਜਾਂਦੇ ਨੇ ਆਪਣੀ ਘਟੋ ਘਟ ਜਾਂਚ ਕਰ ਲਈ ਅਸੈਂਸ਼ੀਅਲ ਹੋ ਜਾਂਦੀ ਹੈ ਵੀ ਆਪਾਂ ਆਪਣੇ ਮੰਥਲੀ ਚੈੱਕਅਪ ਦੇ ਵਿੱਚ ਵਿਟਾਮਿਨ B12 ਖਾਸ ਕਰਕੇ ਬ੍ਰੇਨ ਦੇ ਤੌਰ ਤੇ ਤੇ D3 ਹੈ ਇਹਦਾ ਦੇ ਕੁਝ ਅਸੈਂਸ਼ੀਅਲ ਵਿਟਾਮਿਨ ਚੈੱਕ ਕਰ ਲੇ ਵੀ ਕਿਤੇ ਬਹੁਤ ਜ਼ਿਆਦਾ ਘੱਟ ਤਾਂ ਨਹੀਂ ਗਏ ਜੇ ਨੈਚੁਰਲ ਤੌਰ ਤੇ ਰਿਕਵਰ ਕਰ ਲਓ ਆਪਣੀ ਬੈਲੈਂਸ ਡਾਈਟ ਵੱਲੋਂ ਫਿਰ ਤਾਂ ਬਹੁਤ ਵਧੀਆ ਜੀ ਪਰ ਜੇ ਸਾਨੂੰ ਪਤਾ ਵੀ ਸਾਡੀ ਡਾਈਟ ਵਧੀਆ ਨਹੀਂ ਹੈ ਜਾਂ ਅਸੀਂ ਨਹੀਂ ਕਰ ਰਹੇ ਜਾਂ ਸਾਡਾ ਲਾਈਫ ਸਟਾਈਲ ਇਦਾਂ ਦਾ ਹੈ ਫਿਰ ਤੁਹਾਨੂੰ ਡੈਫੀਨਿਟਲੀ ਟਾਈਮ ਤੋਂ ਟਾਈਮ ਦੇ ਵਿੱਚ ਕੁਝ ਅਸੈਂਸ਼ੀਅਲ ਸਪਲੀਮੈਂਟਸ ਆਖਰੀ ਸਵਾਲ ਸਰ ਅਸੀਂ ਸ਼ੁਰੂਆਤ ਵੀ ਮਿੱਥ ਤੋਂ ਕੀਤੀ ਸੀ ਸੋ ਅਸੀਂ ਕੰਕਲੂਡ ਵੀ ਮਿੱਥ ਤੋਂ ਕਰਾਂਗੇ ਆ ਕਾਫੀ ਸਾਲਾਂ ਤੱਕ ਇਹ ਸੋਚਿਆ ਗਿਆ ਕਿ ਮੈਂਟਲ ਇਲਨਸ ਦਾ ਜਾਂ ਡਿਸਆਰਡਰ ਦਾ ਕੋਈ ਖਾਸ ਕੋਈ ਪੱਕਾ ਇਲਾਜ ਨਹੀਂ ਹੈ ਫਿਰ ਸੋਚਿਆ ਗਿਆ ਕਿ ਇਹਦੀ ਰੈਕਰੈਂਸ ਹੁੰਦੀ ਰਹਿੰਦੀ ਆਉਂਦੀਆਂ ਜਾਂਦੀਆਂ ਰਹਿੰਦੀਆਂ ਸੋ ਉਹਨਾਂ ਲਈ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਜੋ ਇਹ ਸੋਚਦੇ ਆ ਕਿ ਇਹ ਸਿਰਫ ਇੱਕ ਮੈਂਟਲ ਸਟੇਟ ਆ ਇਹਨੂੰ ਕਿਸੇ ਇਲਾਜ ਦੀ ਜ਼ਰੂਰਤ ਨਹੀਂ ਦੇਖੋ ਉਹਨਾਂ ਦੇ ਉਹਨਾਂ ਨੂੰ ਤਾਂ ਮੈਂ ਇਹੀ ਕਹਿਣਾ ਚਾਹਾਂਗਾ ਵੀ ਤੁਸੀਂ ਸਿਰੇ ਸਲ ਗੱਲ ਤੋਂ ਹਮ ਇਹ ਇੱਕ ਬਿਮਾਰੀ ਹੈ ਜਿਹਦੀ ਬਿਮਾਰੀ ਦੇ ਪ੍ਰੋਪਰ ਟਰੀਟਮੈਂਟ ਹੈ ਇੱਥੇ ਪੂਰੀ ਦੁਨੀਆ ਦੇ ਵਿੱਚ ਇੱਕ ਇਸਟੈਬਲਿਸ਼ਡ ਸਿਸਟਮ ਹੈ ਟਰੀਟਮੈਂਟ ਕਰਨ ਦਾ ਗਾਈਡ ਲਾਈਨਸ ਨੇ ਤੁਸੀਂ ਇੱਥੇ ਹੋ ਤੁਸੀਂ ਅਮਰੀਕਾ ਹੋ ਤੁਸੀਂ ਕੈਨੇਡਾ ਹੋ ਤੁਹਾਨੂੰ ਇੱਕ ਸਟੈਂਡਰਡ ਪ੍ਰੋਟੋਕਾਲ ਦੇ ਤਰੀਕੇ ਨਾਲ ਟਰੀਟ ਕੀਤਾ ਜਾਂਦਾ ਹੈ ਤੇ ਉਹ ਟਰੀਟਮੈਂਟ ਦੇ ਰਿਜ਼ਲਟਸ ਬਹੁਤ ਵਧੀਆ ਨੇ ਇਵਨ ਸੀਵੀਅਰ ਮੈਂਟਲ ਡਿਸਆਰਡਰ ਜਿਹੜੇ ਬੜੇ ਖਤਰਨਾਕ ਮੈਂਟਲ ਡਿਸਆਰਡਰ ਉਹਨਾਂ ਦੇ ਵਿੱਚ ਵੀ ਬਹੁਤ ਵਧੀਆ ਸਾਨੂੰ ਰਿਜ਼ਲਟਸ ਮਿਲਦੇ ਨੇ ਸਭ ਤੋਂ ਇੰਪੋਰਟੈਂਟ ਭਾਵੇਂ ਉਹ ਮੈਂਟਲ ਇਲਨੈਸ ਹੋ ਭਾਵੇਂ ਕੋਈ ਵੀ ਇਲਨੈਸ ਹੋ ਟੈਂਸ ਰਿਲਜ ਨਾਲ ਤੁਹਾਡੀ ਰਿਕਵਰੀ ਬੈਟਰ ਹੋਊਗੀ ਜੇ ਤੁਸੀਂ ਬਿਮਾਰੀ ਨੂੰ ਬਹੁਤ ਪ੍ਰੋਲੋਂਗ ਕਰੀ ਚੱਲੋਗੇ ਤਾਂ ਆਬਵੀਅਸਲੀ ਡਿਊਰੇਸ਼ਨ ਵਧਦੀ ਜਾਂਦੀ ਹੈ ਟ੍ਰੀਟਮੈਂਟ ਦਾ ਰਿਸਪੌਂਸ ਵੀ ਘਟਦਾ ਹੈ ਟਾਈਮ ਸਿਰ ਡਿਟੈਕਸ਼ਨ ਟਾਈਮ ਸਿਰ ਲਾਰਜ ਦਾ ਪ੍ਰੋਪਰ ਟ੍ਰੀਟਮੈਂਟ ਤੁਸੀਂ ਰਿਕਰੈਂਸ ਦੀ ਗੱਲ ਕੀਤੀ ਇੱਥੇ ਮੈਂ ਤੁਹਾਨੂੰ ਡੈਫੀਨਿਟਲੀ ਕਹਿਣਾ ਚਾਹਾਂਗਾ ਇਹ ਤੁਸੀਂ ਬਹੁਤ ਇੰਪੋਰਟੈਂਟ ਗੱਲ ਕੀਤੀ ਲੋਕ ਕਹਿੰਦੇ ਨੇ ਯਾਰ ਮੇਰਾ ਬਾਰ ਬਾਰ ਮੈਨੂੰ ਹੋਈ ਜਾਂਦਾ ਠੀਕ ਹੈ ਕੁਝ ਹੱਦ ਤੱਕ ਮੈਂਟਲ ਇਲਨੈਸ ਦੇ ਵਿੱਚ ਰਿਕਰੈਂਸੀ ਟੈਂਡੈਂਸੀ ਪਰ ਜ਼ਿਆਦਾਤਰ ਰਿਕਰੈਂਸ ਇਸ ਕਰਕੇ ਹੁੰਦੀ ਹੈ ਵੀ ਅਸੀਂ ਪਹਿਲਾ ਜਿਹੜਾ ਕੋਰਸ ਹੈ ਉਹ ਪ੍ਰੋਪਰ ਨਹੀਂ ਕੀਤਾ ਜੀ ਜੇ ਮੈਂ ਪਹਿਲੀ ਵਾਰ ਪੇਸ਼ੈਂਟ ਨੂੰ ਕਹਿੰਦਾ ਵੀ ਤੁਹਾਨੂੰ 8 ਮਹੀਨੇ ਦਵਾਈ ਲੈਣ ਦੀ ਲੋੜ ਹੈ ਤਾਂ ਪੇਸ਼ੈਂਟ ਤਾਂ 3 ਮਹੀਨੇ ਚ ਠੀਕ ਹੋ ਜਾਂਦਾ ਮੈਨੂੰ ਬਾਰ-ਬਾਰ ਇਹੀ ਸਮਝਾਉਣਾ ਵੀ ਠੀਕ ਹੋ ਗਏ ਹੋ ਪਰ ਦਵਾਈ ਨਾ ਛੱਡਿਓ ਕੋਰਸ ਕਰ ਲਿਓ ਪਰ ਤੁਹਾਨੂੰ ਪਤਾ ਹੈ ਫਿਰ ਉਹ ਆਸ-ਪਾਸ ਦੇ ਮਰੀਜ਼ ਵੀ ਠੀਕ ਹੋ ਜਾਂਦਾ ਜਾਂ ਆਸ-ਪਾਸ ਦੇ ਲੋਕ ਸਲਾਹ ਦਿੰਦੇ ਨੇ ਜਾਂ ਤੂੰ ਫालतू ਦਵਾਈ ਖਾਈ ਜਾਣਾ ਉਹ ਜਦ ਪਹਿਲਾ ਕੋਰਸ ਪ੍ਰੋਪਰ ਨਹੀਂ ਕਰਦੇ ਉਹਨਾਂ ਦੀ ਰਿਕਰੈਂਸ ਦੇ ਚਾਂਸਸ 90% ਵੱਧ ਜਾਂਦੇ ਨੇ ਜੀ ਜਿਹੜੇ ਪਹਿਲੀ ਵਾਰ ਪ੍ਰੋਪਰ ਤਰੀਕੇ ਨਾਲ ਡਾਕਟਰੀ ਸਲਾਹ ਨਾਲ ਕੋਰਸ ਕਰ ਲੈਣ ਉਹਨਾਂ ਦੇ ਡਿਕਰੈਂਸ ਡੈਫੀਨੇਟਲੀ ਕੱਟ ਹੁੰਦੀ ਹੈ ਜੀ ਸੋ ਥੈਂਕ ਯੂ so much for your views sir and thank you so much for serving serving people around you ਸੋ ਜੀ ਅ ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਨਵੇਂ ਐਪੀਸੋਡ ਦੇ ਨਾਲ ਉਦੋਂ ਤੱਕ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਸਾਨੂੰ ਆਪਣੇ ਸੁਝਾਅ ਅਤੇ ਕਿਉਰੀਜ਼ ਤੁਹਾਡੀ ਕੋਈ ਵੀ ਹੋਵੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਹੋ ਦੇਖਦੇ ਰਹੋ ਸਿਹਤ ਸੰਭਾਲ ਦ ਡਾਕ ਸੱਚੀ ਕਾਲ